Canada is one of the most beautiful country of the world. ਇੱਥੇ ਦੇ ਹਰੇਕ ਸ਼ਹਿਰ ਦੇ ਵੱਖਰੇ ਨਜ਼ਾਰੇ ਨੇ ਤੇ ਹਰ ਇੱਕ ਨਜ਼ਾਰਾ ਇੱਥੇ ਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। ਵੈਲ, ਇੱਕ ਅਜਿਹੇ ਖੂਬਸੂਰਤ ਸ਼ਹਿਰ ਵਿੱਚ ਅੱਜ ਮੈਂ ਹਾਂ ਜਿਹਦਾ ਨਾਂ ਹੈ ਮਿਸੀਸਾਗਾ। ਓਂਟਾਰੀਓ ਸੂਬੇ 'ਚ ਵਸਿਆ ਇਹ ਸ਼ਹਿਰ ਹੈ ਦ 6th ਮੋਸਟ ਪਾਪੂਲਰ ਸਿਟੀ ਆਫ ਕੈਨੇਡਾ। ਕੈਨੇਡਾ ਦਾ ਸਭ ਤੋਂ ਬਿਜ਼ੀਐਸਟ ਏਅਰਪੋਰਟ ਯਾਨੀ ਕਿ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਇਸੇ ਸ਼ਹਿਰ ਵਿੱਚ ਹੈ ਜੀ। ਇੱਥੇ ਬਹੁਤ ਸਾਰੇ ਮਲਟੀਨੈਸ਼ਨਲ ਕਾਰਪੋਰੇਸ਼ਨਸ ਵੀ ਨੇ ਤੇ ਇਸ ਸ਼ਹਿਰ ਨੂੰ ਮਲਟੀਕਲਚਰਲ ਸਿਟੀ ਵੀ ਕਿਹਾ ਜਾਂਦਾ। ਵੈਸੇ ਤਾਂ ਸਾਰਾ ਕੈਨੇਡਾ ਹੀ ਮਲਟੀਕਲਚਰਲ ਕੰਟਰੀ ਹੈ ਜੀ, ਤੇ ਇੱਕ ਗੱਲ ਹੋਰ ਕਿ ਅੱਜ ਜਿੱਥੇ ਮੈਂ ਪਹੁੰਚਿਆ ਯਾਨੀ ਕਿ ਮਿਸੀਸਾਗਾ ਵਿੱਚ, ਇੱਥੇ ਮੌਸਮ ਬੜਾ ਖੂਬਸੂਰਤ ਹੈ ਜੀ। ਸੋ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਡਾ ਆਪਣਾ ਗੁਰਜੀਤ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰ ਰਿਹਾ ਜੀ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਕੈਨੇਡਾ ਦੇ ਸੁਪਰ ਸ਼ੈਫ। And our show is presented by Del Monte, a world of flavors, powered by Sponstal, nothing absorbs like it. Associate sponsor Hero Atta, Hero Atta khao, sehat banao, and Gill's Sweet Factory Brampton, samosa, sweets and more. ਦੋਸਤੋ, ਮੈਂ ਤੁਹਾਨੂੰ ਇੱਕ ਬਹੁਤ ਹੀ ਇੰਟਰਸਟਿੰਗ ਫੈਕਟ ਦੱਸਣ ਜਾ ਰਿਹਾ ਜੀ ਕਿ ਜਦੋਂ ਕੈਨੇਡਾ ਦਾ 150th ਬਰਥਡੇ ਸੈਲੀਬ੍ਰੇਟ ਕੀਤਾ ਗਿਆ ਸੀਗਾ ਨਾ ਜੀ, ਤਾਂ ਵਰਲਡ ਦਾ ਸਭ ਤੋਂ ਵੱਡਾ ਕਾਰਡ ਇਸ ਸਿਟੀ ਦੇ ਲੋਕਾਂ ਨੇ ਬਣਾਇਆ ਸੀਗਾ ਜੀ ਕੈਨੇਡਾ ਦੇ ਲਈ ਔਨ ਇਟਸ 150th ਬਰਥਡੇ। ਵੈਲ, ਸੈਕਿੰਡ ਇੰਟਰਸਟਿੰਗ ਫੈਕਟ ਹੈਗਾ ਕਿ ਵਰਲਡ ਦੇ ਸਭ ਤੋਂ ਓਲਡੈਸਟ ਮੇਅਰ, ਮੇਅਰ ਹੇਜ਼ਲ ਮੈਕਲਨ, ਉਹਨਾਂ ਨੇ 36 ਸਾਲ ਤੱਕ ਲਗਾਤਾਰ ਇਸ ਸਿਟੀ ਦੀ ਸੇਵਾ ਕੀਤੀ ਹੈ ਨਾ ਇੰਟਰਸਟਿੰਗ। ਦੋਸਤੋ, ਮੈਂ ਆਪਣੇ ਕੈਨੇਡਾ ਦੀ ਜਿਹੜੀ ਮੇਰੀ ਜਰਨੀ ਉਹਨੂੰ ਮੈਂ ਬਹੁਤ ਇੰਜੋਏ ਕਰ ਰਿਹਾ ਅਤੇ ਖਾਸ ਤੌਰ 'ਤੇ ਕੈਨੇਡਾ 'ਚ ਵੱਸਦੇ ਹੋਏ ਪੰਜਾਬੀਆਂ ਦਾ ਜਿਹੜਾ ਮੈਨੂੰ ਪਿਆਰ ਮਿਲ ਰਿਹਾ ਜੀ, ਨਿੱਘ ਮਿਲ ਰਿਹਾ, ਆਇਆ ਹੈ ਉਹਦਾ ਤਾਂ ਵੱਖਰਾ ਹੀ ਸਵਾਦ ਹੈ ਜੀ। ਪਰ ਤੁਹਾਨੂੰ ਪਤਾ ਘਰਦਿਆਂ ਨੂੰ ਤਾਂ ਅਕਸਰ ਫਿਕਰ ਲੱਗੀ ਰਹਿੰਦੀ ਹੈ ਨਾ ਕਿ ਮੁੰਡਾ ਸਾਡਾ ਠੀਕ ਹੈ ਬਈ, ਠੀਕ ਠਾਕ ਖਾਂਦਾ ਪੀਂਦਾ ਕਿ ਨਹੀਂ। ਕੱਲ੍ਹ ਮੈਨੂੰ ਫੋਨ ਆਇਆ ਮੰਮੀ ਦਾ, ਉਹ ਕਹਿੰਦੇ ਕਿ ਬਈ ਰੋਟੀ ਨੂੰ ਮਿਸ ਕਰ ਰਿਹਾ ਘਰਦੀ ਨੂੰ। ਮੈਂ ਕਿਹਾ ਦੇਖੋ, ਰੋਟੀ ਨੂੰ ਪਹਿਲਾਂ ਆਪਣੇ ਘਰਦੀ ਨੂੰ ਕੌਣ ਨਹੀਂ ਮਿਸ ਕਰਦਾ ਹੈਗਾ, ਪਰ ਇੱਥੇ ਜਿਹੜਾ ਮਿੰਨੀ ਪੰਜਾਬ ਵਸਿਆ ਹੋਇਆ ਜੀ, ਉਹ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਣ ਨਹੀਂ ਦੇ ਰਹੇ ਹੈਗੇ। ਅਤੇ ਨਾਲ ਦੀ ਨਾਲ ਜੇ ਪੰਜਾਬੀ ਜ਼ਾਇਕੇ ਜਾਂ ਪੰਜਾਬੀ ਖਾਣੇ ਦੀ ਆਪਾਂ ਗੱਲ ਕਰੀਏ ਤਾਂ ਸਵਾਦ ਉੱਦਾਂ ਦਾ ਹੀ ਹੈ ਜਿੱਦਾਂ ਪੰਜਾਬ ਵਿੱਚ ਆਪਣੇ ਖਾਣੇ ਦਾ। ਅਤੇ ਪੰਜਾਬ 'ਚ ਭਲਾਂ ਉਹ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇੱਥੇ ਨਹੀਂ ਮਿਲਦੀ ਹੈਗੀ, ਤਾਂ ਇੱਕ ਅਚੀਵਮੈਂਟ ਆ ਸਾਰੇ ਪੰਜਾਬੀਆਂ ਲਈ ਕਿ ਉਹਨਾਂ ਨੇ ਉੱਥੇ ਦੇ ਖਾਣੇ ਦਾ ਸਵਾਦ ਵੀ ਇੱਥੇ ਬਰਕਰਾਰ ਰੱਖਿਆ ਹੋਇਆ। ਪਰ ਕੈਨੇਡਾ ਦਾ ਇੱਕ ਛੋਟਾ ਜਿਹਾ ਟਵਿਸਟ ਵਿੱਚ ਪਾਇਆ, ਅਤੇ ਉਸੇ ਟਵਿਸਟ ਨੂੰ ਪਰਖਣ ਦੇ ਲਈ ਮੇਰੇ ਨਾਲ ਸ਼ੋਅ ਵਿੱਚ ਹੈਗੇ ਨੇ ਵਰਲਡ ਫੇਮਸ ਸ਼ੈੱਫ ਵਿਕਰਮ ਵਿੱਜ ਜੀ। ਸਤਿ ਸ਼੍ਰੀ ਅਕਾਲ ਸਰ, ਐਂਡ ਵੈਲਕਮ ਵਾਂਸ ਅਗੇਨ। ਦਿਲ ਖੋਲ ਕੇ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ, ਕੀ ਬਾਤ ਹੈ ਜੀ। ਦੇਖੋ ਜੀ, ਤੁਸੀਂ ਕੈਨੇਡਾ ਦੀ ਗੱਲ ਕਰਦੇ ਪਏ ਹੋ ਜੀ, ਯੂ ਨੋ ਕੈਨੇਡਾ ਦੇ ਵਿੱਚ ਅਸੀਂ ਪੰਜਾਬੀ ਦੁਨੀਆ ਭਰ ਤੋਂ ਆ ਗਏ। ਹਾਂਜੀ, ਹੈ ਟਰੈਵਲ ਕੀਤਾ, ਦੁਨੀਆ ਦੇ ਹਰ ਕੋਨੇ ਤੇ ਚਲੇ ਗਏ ਜੀ, ਲੇਕਿਨ ਅਸੀਂ ਆਪਣਾ ਸਵਾਦ ਨਹੀਂ ਭੁੱਲਿਆ। ਐਸਾ ਦੇਸ਼ ਹੈ ਮੇਰਾ। ਕਿਆ ਬਾਤ ਹੈ, ਐਸਾ ਦੇਸ਼ ਹੈ ਮੇਰਾ, ਕਿਆ ਵਧੀਆ ਤੁਸੀਂ ਇੱਕ ਲਾਈਨ ਬੋਲੀ ਹੈਗੀ ਹੈ ਜੀ। ਅੱਛਾ ਸਰ, ਤੁਸੀਂ ਜਿੱਦਾਂ ਕਿ ਵੈਨਕੂਵਰ 'ਚ ਰਹਿੰਦੇ ਹੋ, ਅਤੇ ਮੈਂ ਸੁਣਿਆ ਕਿ ਵੈਨਕੂਵਰ 'ਚ ਤਾਂ ਪੰਜਾਬੀ ਹੋਰ ਵੀ ਜ਼ਿਆਦਾ ਨੇ ਇੱਥੇ ਨਾਲੋਂ ਵੀ ਵੱਧ ਨੇ ਟੋਰਾਂਟੋ ਨਾਲੋਂ ਵੀ। ਦੇਖੋ ਜੀ, ਜਿਹੜੀ ਅਸੀਂ ਪਿੱਛੋਂ ਆਏ ਸੀ, ਸਾਡਾ ਜਿਹੜਾ ਕਲਚਰ ਸੀ ਉਹ ਫਾਰਮਿੰਗ ਕਮਿਊਨਿਟੀ ਸੀ ਅਸੀਂ। ਹਾਂਜੀ, ਅਤੇ ਫਾਰਮਿੰਗ ਕਮਿਊਨਿਟੀ ਦੇ ਵਿੱਚ ਮਿਹਨਤ ਤਾਂ ਬੜੀ ਕਰਨੀ ਪੈਂਦੀ ਹੈ। ਅਤੇ ਜਦੋਂ ਬ੍ਰਿਟਿਸ਼ ਕੋਲੰਬੀਆ ਆਏ, ਜਦੋਂ ਕੈਨੇਡਾ ਦੇ ਵਿੱਚ ਆਏ, ਅਤੇ ਬ੍ਰਿਟਿਸ਼ ਕੋਲੰਬੀਆ 'ਚ ਲੰਬਰ ਬੜੀ ਸੀ, ਓਕੇ, ਲੈਂਡ ਬੜਾ ਸੀ ਜੀ, ਤਾਂ ਉਹ ਆਟੋਮੈਟਿਕਲੀ ਪਰਫੈਕਟ ਫਿੱਟ ਸੀ ਉਹਨਾਂ ਦੇ ਵਾਸਤੇ, ਕਿਉਂਕਿ ਉਹ ਜਿਹੜਾ ਯੂ ਨੋ ਪਿੰਡੋ ਜਿਹੜਾ ਆਉਣਾ, ਉਹ ਮਿਹਨਤ ਕਰਨੀ, ਜੋਰ ਨਾਲ
ਕੋਸ਼ਿਸ਼ ਕਰਨੀ, ਦਮਖਮ ਉਹਨਾਂ ਦੀ ਬਾਹਾਂ ਵਿੱਚ ਹੀ ਸੀਗਾ, ਬਿਲਕੁਲ ਆਟੋਮੈਟਿਕਲੀ ਫਾਰਮਿੰਗ ਉਹਨਾਂ ਦੇ ਬਲੱਡ ਦੇ ਵਿੱਚ ਹੈਗੀ ਸੀ ਤੇ ਉਹ ਜਿਹੜੀ ਫਾਰਮਿੰਗ ਸੀ ਉਹ ਆਟੋਮੈਟਿਕਲੀ ਮੈਚ ਹੋ ਗਈ ਕਿਉਂਕਿ ਉੱਥੇ ਲੰਬਰ ਸੀ, ਉਹਨਾਂ ਕੋਲ ਲੈਂਡ ਸੀ, ਉਹਨਾਂ ਨੇ ਬਹੁਤ ਵਧੀਆ ਚੀਜ਼ਾਂ ਉਗਾਈਆਂ। ਹੁਣ ਦੇਖੋ 50% ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਫਾਰਮਸ ਹੈਗੇ ਨੇ ਉਹ ਸਾਡੇ ਪੰਜਾਬੀਆਂ ਕੋਲ ਹੈਗੇ। ਤੁਸੀਂ ਮੂਲੀ ਦੇਖ ਲਓ, ਸਾਗ ਦੇਖ ਲਓ, ਜਾਂ ਤੁਸੀਂ ਦੇਖੋ ਕਿ ਧਨੀਆ ਉਗਾਉਣਾ ਹੈ, ਉਹ ਸਾਡੀ ਸਾਰੀ ਜਿਹੜੀ ਕਮਿਊਨਿਟੀ ਹੈ ਉਹਦੇ 'ਚ ਸਾਨੂੰ ਬੜਾ ਗਰਵ ਹੈ ਕਿ ਉਹ ਉਗਾਉਂਦੇ ਨੇ। ਬਸ ਦੋਸਤੋ, ਵੈਨਕੂਵਰ 'ਚ ਪੰਜਾਬੀਆਂ ਦੀ ਇੰਨੀ ਬੱਲੇ ਬੱਲੇ ਹੈ, ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਵਿਕਰਮ ਜੀ ਨੇ ਉੱਥੇ 3 ਸੁਪਰ ਡੁਪਰ ਹਿੱਟ ਰੈਸਟੋਰੈਂਟਸ ਖੋਲ੍ਹੇ ਹੋਏ ਨੇ ਜਿੱਥੇ ਨਾ ਸਿਰਫ ਪੰਜਾਬੀ ਆਉਂਦੇ ਨੇ ਬਲਕਿ ਹੋਰ ਕਮਿਊਨਿਟੀਜ਼ ਦੇ ਲੋਕ ਵੀ ਉੱਥੇ ਇਹਨਾਂ ਦਾ ਖਾਣਾ, ਇਹਨਾਂ ਦੇ ਹੱਥ ਦਾ ਬਣਿਆ ਹੋਇਆ ਖਾਣਾ ਟੇਸਟ ਕਰਨ ਲਈ ਆਉਂਦੇ ਨੇ। ਮੈਂ ਤੇਰੇ ਨਾਲ ਅੱਜ ਪਾਰਕ ਦੇ ਵਿੱਚ ਘੁੰਮਣਾ ਪਿਆ, ਹਾਂਜੀ, ਰਿਲੈਕਸ ਕਰ ਰਿਹਾ ਜੀ। ਉਹਦੀ ਵਜ੍ਹਾ ਪਤਾ ਕੀ ਹੈ ਕਿ ਜਿਹੜੀ ਮੇਰੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੇ ਉਹ ਘਰ ਬੈਠੇ ਜਾਂ ਰੈਸਟੋਰੈਂਟ ਦੇ ਵਿੱਚ ਕੁਕਿੰਗ ਕਰ ਰਹੇ, ਹਾਂਜੀ, ਮਸਾਲਾ ਬਣਾ ਰਹੇ, ਰੋਸਟ ਕਰ ਰਹੇ ਜੀ, ਮਿਹਨਤ ਕਰ ਰਹੇ, ਉਹ ਬੜੀ ਹੀ ਸਟਰੈਂਥ ਤੇ ਸਟਰੋਂਗ ਸਟਾਈਲ ਹੈ। ਉਹ ਮੈਨੂੰ ਕਹਿੰਦੇ ਨਾਂ ਤੋਂ ਪਹਿਲਾਂ ਤੂੰ ਜਾ, ਐ ਜਾ ਕੇ ਆਪਣਾ ਕੰਮ ਕਰਕੇ ਆ, ਅਸੀਂ ਬੈਠੇ ਹਾਂ। ਹਾਏ ਹਾਏ, ਵੈਲ ਖਾਣੇ ਦੀ ਗੱਲ ਚੱਲ ਰਹੀ ਹੈ, ਕਿਚਨ ਦੀ ਗੱਲ ਚੱਲ ਰਹੀ ਹੈ, ਤੇ ਹੁਣ ਮੈਂ ਵਿਕਰਮ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਅੱਜ ਦੇ ਸਾਡੇ ਕੰਟੈਸਟੈਂਟ ਨੇ ਉਹਨਾਂ ਦੀ ਰੈਸਪੀ ਵਿੱਚ, ਉਹਨਾਂ ਦੀ ਡਿਸ਼ਿਜ਼ ਵਿੱਚ ਕੀ ਤੁਹਾਨੂੰ ਯੂਨੀਕ ਲੱਗਿਆ ਕਿ ਤੁਸੀਂ ਉਹਨਾਂ ਨੂੰ ਸਿਲੈਕਟ ਕੀਤਾ ਕੈਨੇਡਾ ਦੇ ਸੁਪਰ ਸ਼ੈਫ ਦੇ ਲਈ? ਦੇਖੋ ਜੀ, ਵੈਸੇ ਤੇ ਹਰ ਕੰਟੈਸਟੈਂਟ ਜਿਹੜਾ ਆਪਣਾ ਬੈਸਟ ਤੋਂ ਬੈਸਟ ਡਿਸ਼ ਪ੍ਰੋਵਾਈਡ ਕਰਦਾ ਜੀ। ਮੈਂ ਜਦੋਂ ਇਹ ਰੈਸਪੀ ਦੇਖੀ, ਮੈਂ ਦੇਖਿਆ ਕਿ ਯਾਰ ਇਹਦੇ ਵਿੱਚ ਟੈਕਸਚਰ ਕਿਹੋ ਜਿਹਾ ਹੋਏਗਾ, ਇਹਦੇ ਚ ਫਲੇਵਰ ਕਿਹੋ ਜਿਹਾ ਆਏਗਾ, ਇਹਦੇ ਚ ਮਾਊਥ ਫੀਲ ਕਿਸ ਤਰ੍ਹਾਂ ਦਾ ਆਏਗਾ। ਤੋ ਹਮੇਸ਼ਾ ਖਾਣਾ ਜਿਹੜਾ ਉਹ ਇੱਕ ਡਾਇਮੈਂਸ਼ਨਲ ਨਹੀਂ ਹੋਣਾ ਚਾਹੀਦਾ, ਥੋੜਾ ਥੋੜਾ ਡਿਫਰੈਂਟ ਹੋਣਾ ਚਾਹੀਦਾ। ਖਾਣ ਦੇ ਬਾਅਦ ਪਤਾ ਲੱਗੇ ਯਾਰ ਕਦੀ ਇਹ ਜੀਰਾ ਖਾਂਦਾ ਸੀ, ਇਹ ਧਨੀਆ ਖਾਂਦਾ ਸੀ, ਇਹੋ ਜਿਹਾ ਸਵਾਦ ਆ ਰਿਹਾ ਸੀ ਜੀ। ਤੋ ਮੇਰਾ ਸਭ ਤੋਂ ਜ਼ਿਆਦਾ ਜਿਹੜਾ ਵਿਚਾਰ ਹੈ ਜਾਂ ਮੇਰਾ ਸੋਚਣ ਦਾ ਥਿੰਕਿੰਗ ਹੈ ਉਹ ਇਹ ਹੈ ਕਿ ਖਾਣੇ ਦੀ ਪੂਰੀ ਡਿਸ਼ ਨੂੰ ਪ੍ਰੈਜੈਂਟੇਸ਼ਨ ਦੇ ਨਾਲ ਇੰਨੀ ਵਧੀਆ ਹੋਵੇ ਕਿ ਯਾਰ ਮੈਂ ਕਹਾਂ ਕਿ ਯਾਰ ਥੋੜ੍ਹਾ ਜਿਹਾ ਹੋਰ ਖਾ। ਆਏ ਹਾਏ ਹਾਏ, ਕਿਆ ਬਾਤ ਹੈ ਜੀ। ਵੈਲ ਇਹ ਦੇਖਾਂਗੇ ਕਿ ਅੱਜ ਦੀ ਜਿਹੜੀ ਡਿਸ਼ ਹੈ ਉੱਥੋਂ ਇਹ ਫੀਲ ਆਉਂਦਾ ਹੈ ਜਾਂ ਨਹੀਂ ਆਉਂਦਾ, ਹੈ ਨਾ ਜੀ। ਚਲੋ ਚੱਲੀਏ ਉਹਨਾਂ ਦੇ ਘਰ। ਖਾਣਾ ਬਣਾਉਣ ਦਾ ਸ਼ੌਂਕ ਮੈਨੂੰ ਆਪਣਾ ਵਿਰਾਸਤ ਵਿੱਚ ਮਿਲਿਆ। ਮੇਰੀ ਮੋਮ ਬਹੁਤ ਹੀ ਅੱਛੀ ਕੁੱਕ ਸੀਗੀ ਅਤੇ ਉਹਨਾਂ ਨੂੰ ਦੇਖ ਦੇਖ ਕੇ 1980 'ਚ ਹਾਲੇ ਜਦ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਅਤੇ ਮੈਨੂੰ ਇੰਨਾ ਸ਼ੌਂਕ ਸੀ ਅਤੇ ਮੈਂ ਸਾਰਾ ਸਿੱਖਿਆ ਕੋਂਟੀਨੈਂਟਲ ਔਰ ਕੋਂਟੀਨੈਂਟਲ ਸਾਰਾ ਫੂਡ ਸਿੱਖਿਆ ਬਣਾਉਣਾ। ਅਤੇ ਫਿਰ ਮੈਂ ਉਸ ਤੋਂ ਬਾਅਦ ਹੋਮ ਸਾਇੰਸ ਵੀ ਕੀਤੀ, BA ਹੋਮ ਸਾਇੰਸ ਵੀ ਮੈਂ ਕੀਤੀ ਜਿਹਦੇ ਵਿੱਚ ਮੈਨੂੰ ਬਹੁਤ ਸ਼ੌਂਕ ਸੀ ਕੁਕਿੰਗ ਦਾ। ਅਤੇ ਫਿਰ ਕਲਾਸਿਸ ਲੈਣੀਆਂ ਵੀ ਸ਼ੁਰੂ ਕੀਤੀਆਂ, ਮੈਂ ਪੜ੍ਹਾ ਕੁਕਿੰਗ ਦੀਆਂ ਕਲਾਸਿਸ ਵੀ ਲੈਂਦੀ ਸੀ। ਉਸ ਤੋਂ ਬਾਅਦ ਮੇਰੀ ਭੈਣ, ਮੇਰਾ ਭਰਾ ਸਾਰੇ ਹੀ ਕੁਕਿੰਗ ਦੇ ਬਹੁਤ ਸ਼ੌਕੀਨ ਨੇ। ਮੇਰਾ ਬੇਟਾ ਕ੍ਰਿਕਟ ਖੇਡਦਾ ਹੈ ਅਤੇ ਟੋਟਲ ਹੈਲਦੀ ਫੂਡ 'ਤੇ ਹੈ ਅਤੇ ਮੈਨੂੰ ਰੋਜ਼ ਕੋਈ ਨਾ ਨਵੀਂ ਨਵੀਂ ਡਿਸ਼ ਉਹਦੇ ਵਾਸਤੇ ਸੋਚਣੀ ਪੈਂਦੀ ਹੈ ਕਿ ਉਹਨੂੰ ਕੀ ਦਿਆਂ ਮੈਂ, ਹੈਲਦੀ ਪ੍ਰੋਟੀਨ ਉਹਨੂੰ ਚਾਹੀਦਾ ਹੁੰਦਾ ਹਰ ਰੋਜ਼ ਡਿਫਰੈਂਟ, ਅਤੇ ਜਿਹਦੇ ਵਿੱਚ ਨਾ ਓਇਲ ਹੋਏ ਨਾ ਉਹਦੇ ਵਿੱਚ ਗਲੂਟਨ ਹੋਏ, ਅਤੇ ਉਹਦਾ ਬੇਸਿਕਲੀ ਵਿਦਾਊਟ ਕਾਰਬਸ ਉਹਦੀ ਡਾਇਟ ਹੁੰਦੀ ਹੈਗੀ ਹੈ ਅਤੇ ਉਹਨੂੰ ਮੈਂ ਉਹਦਾ ਸੋਚ ਕੇ ਹੀ ਮੈਨਿਊ ਬਣਾਉਂਦੀ ਰਹਿੰਦੀ ਹਾਂ। ਨੀਤਾ ਦੇ ਖਾਣੇ ਦੀ ਤਾਰੀਫ ਤਾਂ ਕੀ ਕਰੀਏ, ਉਹਨੂੰ ਆਪਣੀ ਵਿਰਾਸਤ ਵਿੱਚ ਬੀਜੀ ਕੋਲੋਂ ਮਿਲੀਏ ਜਿਹੜੀ ਉਹਨੂੰ ਅੱਜ ਤੱਕ ਸਾਡੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ ਹੋਇਆ।
ਸਾਡੇ ਘਰ ਅਗਰ ਕੋਈ ਖਾਣਾ ਹੁੰਦਾ ਤਾਂ ਕੋਈ ਅੱਜ ਤੱਕ ਖਾਣੇ ਦੇ ਪਿੱਛੇ ਨਾ ਨਹੀਂ ਕਰ ਸਕਦਾ ਕਿ ਅਸੀਂ ਸਿਰਫ ਖਾਣਾ ਖਾਣ ਹੀ ਜਾਣਾ ਜੀ ਉੱਧਰ। ਭਾਵੇਂ ਸਾਡੇ ਬ੍ਰਦਰ ਹੋਣ, ਭਾਬੀਆਂ ਹੋਣ ਜਾਂ ਬੱਚੇ ਹੋਣ, ਉਹਨਾਂ ਨੇ ਖਾਣੇ ਵਾਸਤੇ ਸਪੈਸ਼ਲੀ ਕਿ ਨੀਤਾ ਦੇ ਘਰ ਖਾਣਾ ਤਾਂ ਅਸੀਂ ਜ਼ਰੂਰ ਜਾਣਾ। ਬਸ ਉਸ ਸ਼ੌਂਕ ਦੇ ਵਿੱਚ ਅੱਜ ਤੱਕ ਅਸੀਂ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਇਕੱਠੇ ਰਹਿੰਦੇ ਹਾਂ। ਉਨਕੀ ਬਹੁਤ ਸਾਰੀ ਡਿਸ਼ਿਜ਼ ਹੈ ਜੋ ਮੁਝੇ ਸ਼ੁਰੂ ਸੇ ਬਹੁਤ ਪਸੰਦ ਹੈ, ਔਰ ਹਰ ਬਾਰ ਹਰ ਵੀਕ ਕੁਛ ਨਾ ਕੁਛ ਨਿਆ ਟਰਾਈ ਹੋਤਾ ਥਾ। ਮੇਰੇ ਟਿਫਿਨ ਮੇ ਹਮੇਸ਼ਾ ਡਿਫਰੈਂਟ ਚੀਜ਼ੇ ਹੋਤੀ ਥੀ, ਔਰ ਉਸਕੇ ਰਹਿਤੇ ਮੇਰੇ ਸਾਰੇ ਫਰੈਂਡਸ ਬਹੁਤ ਜੈਲਸ ਹੋਤੇ ਥੇ ਕਿ ਯੂ ਨੋ ਹਮਨੇ ਤੁਹਾਰੇ ਘਰ ਹੀ ਆਨਾ ਹੈ, ਹਮਨੇ ਤੁਹਾਰੇ ਘਰ ਹੀ ਖਾਣਾ ਹੈ, ਤੁਹਾਰੇ ਘਰ ਮੇ ਬਹੁਤ ਅੱਛਾ ਖਾਣਾ ਬਣਤਾ ਹੈ। ਔਰ ਅੱਜ ਵੀ ਐਸਾ ਹੀ ਹੋਤਾ ਹੈ ਕਿ ਮੇਰੇ ਸਾਰੇ ਫਰੈਂਡਸ ਕਹਿਤੇ ਨਹੀਂ ਹਮ ਤੁਹਾਰੇ ਘਰ ਹੀ ਆ ਰਹੇ ਹੈ, ਕਿ ਕੁਛ ਵੀ ਹੋ ਉਨਕੋ ਪਤਾ ਹੈ ਕਿ ਯਹਾਂ ਪਰ ਹਮੇਸ਼ਾ ਖਾਣਾ ਮਿਲੇਗਾ। ਸਾਰੀ ਫੈਮਿਲੀ ਜਬ ਆਈ ਥੀ ਕੈਨੇਡਾ, ਮੈਂ 10 ਸਾਲ ਕਾ ਥਾ, 9 ਸਾਲ ਕਾ ਐਕਚੁਅਲੀ, ਔਰ ਬਚਪਨ ਸੇ ਹੀ ਬਹੁਤ ਖਾਣੇ ਕਾ ਸ਼ੌਂਕ ਹੈ। ਉਸਕੇ ਬਾਅਦ ਮੈਂ ਸਪੋਰਟਸ ਮੇ ਚਲੇ ਗਿਆ, ਅਨਲਿਮਿਟਡ ਦੀ ਆਪਸ਼ਨਸ ਜੋ ਮੇਰੇ ਕੋ ਖਾਣਾ ਪੜਾ, ਲੇਕਿਨ ਮੋਮ ਬਹੁਤ ਅਡੈਪਟੇਬਲ ਥੀ, ਉਹਨੇ ਯੂ ਨੋ ਡਿਫਰੈਂਟ ਚੀਜ਼ਾਂ ਟਰਾਈ ਕੀ, ਡਿਫਰੈਂਟ ਚੀਜ਼ਾਂ ਸਿੱਖੀ ਔਰ ਐਡਜਸਟ ਕੀਆ ਕਿ ਮੇਰੀ ਡਾਇਟ ਮੇਰੇ ਕੋ ਕਿਆ ਚਾਹੀਏ। ਜੀ ਕੈਨੇਡਾ ਦੇ ਸੁਪਰ ਸ਼ੈਫ ਦੀ ਟੀਮ ਹੁਣ ਪਹੁੰਚ ਗਿਆ ਜੀ ਸਾਡੇ ਕੰਟੈਸਟੈਂਟ ਦੇ ਘਰ, ਜਿਨ੍ਹਾਂ ਦਾ ਨਾਂ ਹੈ ਜੀ ਨੀਤਾ ਕਪੂਰ। ਅਤੇ ਨੀਤਾ ਕਪੂਰ ਜੀ ਸੋਹਣੇ ਸ਼ਹਿਰ ਚੰਡੀਗੜ੍ਹ ਦੇ ਵਾਸੀ ਨੇ ਜੀ ਵੈਸੇ, ਅਤੇ ਇੱਥੇ ਸੋਹਣੇ ਸ਼ਹਿਰ ਮਿਸੀਸਾਗਾ ਵਿੱਚ ਆ ਗਏ ਨੇ, ਤਾਂ ਜਿਹੜਾ ਸੋਹਣਾਪਨ ਹੈ ਜੀ ਅਤੇ ਉਹ ਮੇਰੇ ਖਿਆਲ 'ਚ ਬਰਕਰਾਰ ਤੁਸੀਂ ਰੱਖਿਆ ਹੋਇਆ, ਐਂਡ ਥੈਂਕ ਯੂ ਫੋਰ ਸੱਚ ਅ ਵਾਰਮ ਵੈਲਕਮ। ਥੈਂਕ ਯੂ ਸੋ ਮਚ। ਡ੍ਰਿੰਕਿਚ ਮੈਂ ਡੈਲ ਮੋਂਟੇ ਦੇ ਨੈਕਟਾਰਸ ਪਾਏ ਨੇ, ਇਹਦੇ ਵਿੱਚ ਪੀਚ ਫਲੇਵਰ ਪਾਇਆ, ਇਹਦੇ ਵਿੱਚ ਮੈਂ ਪਾਈਨਐਪਲ ਫਲੇਵਰ ਪਾਇਆ, ਅਤੇ ਨਾਲ ਇਹਦੇ ਵਿੱਚ ਮੈਂ ਫਰੈਸ਼ ਮਿੰਟ ਲੀਵਸ ਪਾਇਆ। ਵਾਜੀ ਵਾਹ, ਦਿਸ ਇਜ਼ ਸੋ ਅਮੇਜ਼ਿੰਗ। ਅਤੇ ਸ਼ੈਫ ਮੈਂ ਸਾਰੇ ਆਪਣੇ ਜਿਹੜੇ ਵਿਊਰਸ ਹੈਗੇ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਡੈਲ ਮੋਂਟੇ ਦੇ ਜਿਹੜੇ ਨੈਕਟਰਸ ਹੈਗੇ ਨੇ, ਇਟ ਗਿਵਸ ਅ ਡਿਫਰੈਂਟ ਟੇਸਟ ਟੂ ਯੋਰ ਡਰਿੰਕਸ, ਐਂਡ ਜਦੋਂ ਤੁਸੀਂ ਮੋਕਟੇਲ ਬਣਾਉਂਦੇ ਹੋ ਤਾਂ ਇਟ ਇਜ਼ ਲਾਈਕ ਟੂ ਗ੍ਰੇਟ। ਤਾਂ ਤੁਸੀਂ ਡੈਫੀਨੇਟਲੀ ਇਹਦੀ ਮੋਕਟੇਲਸ ਟਰਾਈ ਕਰੋ, ਜਿੱਦਾਂ ਕਿ ਨੀਤਾ ਜੀ ਨੇ ਬਣਾਈਆਂ ਹੈਗੀਆਂ ਨੇ, ਐਂਡ ਇਟ ਗਿਵਸ ਥਿਕਨੈਸ ਟੂ ਯੋਰ ਡਰਿੰਕ। ਸੋ ਡੈਲ ਮੋਂਟੇ ਦੇ ਨੈਕਟਰਸ ਯੂ ਸ਼ੁੱਡ ਡੈਫੀਨੇਟਲੀ ਟਰਾਈ, ਐਂਡ ਬਹੁਤ ਅਮੇਜ਼ਿੰਗ ਬਣਾਇਆ ਜੀ, ਹੈ ਨਾ ਜੀ? ਬਹੁਤ ਡਿਲੀਸ਼ੀਅਸ ਹੈ, ਔਰ ਅਗਰ ਤੁਸੀਂ ਘਰ ਦੇ ਵਿੱਚ ਯੂ ਨੋ ਅਗਰ ਬਣਾਉਂਦੇ ਹੋ ਡਰਿੰਕ, ਥੋੜ੍ਹਾ ਜਿਹਾ ਆਪਣਾ ਟੱਚ ਦੇ ਦਿਓ, ਤੁਸੀਂ ਫਰੈਸ਼ ਮਿੰਟ ਪਾਈ ਹੈ ਜਾਂ ਕੋਈ ਇਹੋ ਜਿਹੀ ਪਾਈ ਹੈ ਜੀ, ਉਹਦੇ ਨਾਲ ਡਰਿੰਕ ਦੀ ਡਰਿੰਕ ਐਂਡ ਆਪਣਾਪਨ ਵੀ ਆ ਜਾਂਦਾ। ਅੱਛਾ ਨੀਤਾ ਜੀ, ਮੈਂ ਆਪਕੇ ਬਾਰੇ ਤੋਂ ਕਾਫੀ ਸੁਣ ਚੁੱਕਾ, ਪੜ੍ਹ ਚੁੱਕਾ ਤੁਹਾਡੇ ਬਾਰੇ ਚ, ਪਰ ਆਪਣੀ ਥੋੜੀ ਜਿਹੀ ਫੈਮਿਲੀ ਨੇ ਤੁਹਾਨੂੰ ਲਾ ਲਿਆ ਸਾਨੂੰ? ਹਾਂ ਜੀ ਜ਼ਰੂਰ, ਇਹ ਮੇਰੇ ਹਸਬੰਡ ਹੈਗੇ ਆ ਜੀ, ਅਸ਼ਵਨੀ ਕਪੂਰ ਜੀ, ਇਹ ਮਾਰਗੇਜ ਬ੍ਰੋਕਰ ਹੈਗੇ ਆ, ਮਸਤ ਜੀ, ਠੀਕ ਹੈ, ਔਰ ਇਹ ਮੇਰਾ ਬੇਟਾ ਅਰਮਾਨ ਕਪੂਰ, ਇਹ ਕ੍ਰਿਕਟਰ ਹੈ ਤੇ ਪੈਪਸੀਕੋ ਵਿੱਚ ਫਾਈਨੈਂਸ਼ੀਅਲ ਐਨਾਲਿਸਟ ਹੈਗਾ, ਇਹ ਮੇਰੀ ਛੋਟੀ ਡਾਟਰ ਹੈਗੀ ਹੈ ਤਨਵੀ, ਇਹ ਰੀਅਲ ਸਟੇਟ ਰੀਅਲਟਰ ਹੈਗੀ ਹੈ, ਲਵਲੀ, ਤੇ ਇਹ ਮੇਰੀ ਵੱਡੀ ਬੇਟੀ ਦੀ ਦੇਵਰਾਨੀ ਹੈ ਸੁਰਬੀ, ਇਹ ਇੱਥੇ ਨਾਲ ਹੀ ਰਹਿੰਦੀ, ਇੱਥੇ ਬ੍ਰਾਮਟਨ ਵਿੱਚ ਹੈਗਾ, ਤੇ ਉਹਦਾ ਨਾਲ ਇਹ ਸਾਡਾ ਗ੍ਰੈਂਡਸਨ ਹੈ ਜੀ। ਅੱਛਾ, ਇਹ ਗ੍ਰੈਂਡਸਨ ਦੇ ਜਿਹੜੇ ਚੀਕਸ ਹੈਗੇ ਨੇ ਇਹ ਰੀਅਲ ਹੈਗੇ ਨੇ?
ਹੈ ਜੀ, ਬਹੁਤ ਕਿਊਟ ਹੈ ਸਾਡਾ ਇਹ ਛੋਟਾ ਲੱਡੂ ਹੈ, ਲੱਡੂ ਕਹਿੰਦੇ ਹਾਂ ਅਸੀਂ। ਵਾਹ ਜੀ ਵਾਹ, ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਛੋਟਾ ਹੈਗਾ ਜਿੱਦਾਂ ਜਦੋਂ ਦੇ ਭਾ ਆਏ ਹੋਏ ਆ ਹਲਚਲ ਵਿੱਚ ਹੈ, ਤੇ ਇਹ ਆਉਣ ਵਾਲਾ ਵੀ ਐਂਕਰ ਉਂਕਰ ਬਣਨ ਵਾਲਾ ਲੱਗਦਾ ਹੀ ਹੈ। ਐਂਕਰ ਦੀ ਗੱਲ ਜਿਹੜੀ ਮੈਂ ਜਰਾ ਮੈਨੂੰ ਜਰਾ ਦੱਸੋ ਜੀ, ਜਿਹੜੀ ਤੁਸੀਂ ਡਿਸ਼ ਬਣਾਉਣੀ ਹੈ ਉਹ ਕਿੱਥੋਂ ਇਨਸਪੀਰੇਸ਼ਨ ਆਈ, ਕੀ ਤੁਸੀਂ ਸੋਚਿਆ ਸੀ? ਆਬਵੀਅਸਲੀ ਤੁਸੀਂ ਉਹਨੂੰ ਯੂ ਨੋ ਕੈਨੇਡਾ ਦੇ ਸੁਪਰ ਸ਼ੈਫ ਦਾ ਮੁਕਾਮ ਦੇਣਾ ਚਾਹੁੰਦੇ ਹੋ, ਤੇ ਉਹਦੀ ਉਹਦੀ ਇਨਸਪੀਰੇਸ਼ਨ ਕਿੱਥੋਂ ਆਉਂਦੀ ਹੈ? ਉਹਦੀ ਇੰਸਪੀਰੇਸ਼ਨ ਜੀ ਮੇਰੇ ਬੇਟੇ ਤੋਂ ਆਈ ਹੈ, ਕਿਉਂਕਿ ਇਹਦਾ ਚੈਲੰਜ ਹੈਗਾ, ਇਹ ਲੋ ਕਾਰਬ ਡਾਇਟ ਵਿੱਚ ਹੈਗਾ, ਆਲਮੋਸਟ ਨੋ ਕਾਰਬਸ ਡਾਇਟ ਵਿੱਚ ਹੈ, ਕਿਉਂਕਿ ਬੀਂਗ ਅ ਕ੍ਰਿਕਟਰ ਇਹਨੂੰ ਬਿਲਕੁਲ ਵੀ ਲਾਈਕ ਕਾਰਬਸ ਨਹੀਂ ਖਾਂਦਾ ਹੈ, ਤੇ ਕੋਈ ਵੀ ਐਸੀ ਚੀਜ਼ ਨਹੀਂ ਖਾਂਦਾ ਜਿਹਦੇ ਵਿੱਚ ਇਹਨੂੰ ਪ੍ਰੋਬਲਮ ਹੋਏ, ਤੇ ਇਹਨੂੰ ਮੈਨੂੰ ਰੋਜ਼ ਇੱਕ ਚੈਲੰਜ ਦੇਣਾ ਪੈਂਦਾ ਕਿ ਮੈਨੂੰ ਕੁਛ ਪ੍ਰੋਟੀਨ ਹਾਈ ਪ੍ਰੋਟੀਨ ਡਾਇਟ ਇਹਨੂੰ ਦੇਣੀ ਪੈਂਦੀ ਹੈ ਮੈਨੂੰ, ਤੇ ਮੈਂ ਇਹਨੂੰ ਅੱਜ ਦੀ ਜਿਹੜੀ ਮੈਂ ਤੁਹਾਨੂੰ ਵੈਜੀਟੇਬਲ ਹਾਨਸ ਕਹਿ ਰਹੀ ਹਾਂ ਉਹਦੇ ਵਿੱਚ ਮੈਂ ਮੂੰਗ ਸਪਰਾਊਟਸ ਲਏ ਨੇ, ਅਤੇ ਉਹਨਾਂ ਨੂੰ ਮੈਂ ਸਪਰਾਊਟ ਕੀਤਾ, ਅਤੇ ਉਹਦੇ ਸਪਿਨਚ ਲਈ ਹੈ, ਬੀਨਸ ਲਈ ਹੈ, ਪੀਸ ਲਈ ਹੈ, ਅਤੇ ਪਨੀਰ ਲਿਆ, ਅਤੇ ਇਹ ਸਾਰਾ ਕੁਛ ਕਰਕੇ ਉਹਨੂੰ ਮਿਕਸ ਕਰਕੇ ਵਿੱਚ ਜਿੰਜਰ ਗਾਰਲਿਕ ਦੀ ਪੇਸਟ ਕਰਕੇ ਉਹਨਾਂ ਦੇ ਮੈਂ ਗ੍ਰਿਡਲ ਵਿੱਚ ਜਾਂ ਉਸਦੇ ਪੈਨ 'ਤੇ ਸੌਟੇ ਕਰਾਂਗੀ ਹਲਕੇ ਓਇਲ 'ਤੇ। ਤੁਸੀਂ ਇੰਨੀ ਸਵਾਦ ਗੱਲਾਂ ਕੀਤੀਆਂ, ਲਿਆ ਚਲੋ ਕਿਚਨ 'ਚ ਚੱਲ ਕੇ ਜ਼ਰਾ ਟੇਸਟ ਕਰ ਲਈ ਤੁਹਾਡਾ ਕਿਚਨ। ਹਾਂਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਸਨ ਇਹ ਚੀਜ਼ ਨੂੰ ਫਿਨਿਸ਼ ਕਰਦਾ ਬਣਾਉਂਦਾ ਕਿ ਤੁਸੀਂ ਆਪ ਬਣਾਉਂਦੇ ਹੋ? ਮੈਂ ਬਣਾਉਂਦੀ ਹਾਂ ਜੀ, ਉਹਦੇ ਕੋਲ ਟਾਈਮ ਹੀ ਨਹੀਂ ਹੈਗਾ, ਉਹ ਸਵੇਰੇ ਉਹਦੀਆਂ ਗੇਮਸ ਸਵੇਰੇ 5 ਵਜੇ ਸ਼ੁਰੂ ਹੋ ਜਾਂਦੀਆਂ, ਫਿਰ ਉਹ ਕੰਮ 'ਤੇ ਵੀ ਜਾਂਦਾ ਇੱਥੇ, ਅਤੇ ਤੁਹਾਨੂੰ ਪਤਾ ਹੀ ਹੈ ਕਿ ਸਪੋਰਟਸ ਦੇ ਨਾਲ ਨਾਲ ਕੰਮ 'ਤੇ ਆਪਣਾ ਹੈਗਾ, ਅਤੇ ਇੰਨੇ ਕੰਮ 'ਤੇ ਵੀ ਜਾਣਾ ਹੁੰਦਾ, ਫਿਰ ਸ਼ਾਮੀ ਇਹਦੀ ਜਿੰਮ ਵੀ ਹੁੰਦੀ ਹੈ, ਫਿਰ ਪ੍ਰੈਕਟਿਸ ਵੀ ਹੁੰਦੀ ਹੈ, ਇਹ ਟੀਚ ਵੀ ਮਤਲਬ ਕ੍ਰਿਕਟ ਦਾ ਕੈਪਟਨ ਵੀ ਹੈਗਾ ਅਤੇ ਕੋਚ ਵੀ ਹੈਗਾ, ਅਤੇ ਇਹਦੇ ਉੱਤੇ ਬਹੁਤ ਰਿਸਪੋਂਸੀਬਿਲਿਟੀਜ਼ ਹੈਗੀਆਂ ਨੇ, ਅਤੇ ਇਹਦੇ ਕੋਲ ਤਾਂ ਬਿਲਕੁਲ ਟਾਈਮ ਹੀ ਨਹੀਂ ਹੈ। ਨੀਤਾ ਜੀ ਦੀ ਕਿਚਨ ਦੇ ਵਿੱਚ ਜਾਣ ਦੇ ਲਈ ਮੈਂ ਵੀ ਬਹੁਤ ਐਕਸਾਈਟਡ ਹਾਂ, ਕਿਉਂਕਿ ਅੱਜ ਪ੍ਰੋਟੀਨ ਰਿਚ ਡਾਇਟ ਉੱਥੇ ਮਿਲਣੀ ਹੈ, ਤੇ ਨਾਲ ਦੀ ਨਾਲ ਇਹਨਾਂ ਦੇ ਸੰਤ ਤੋਂ ਮੈਂ ਕ੍ਰਿਕਟ ਦੇ ਟਿਪਸ ਵੀ ਲਵਾਂਗਾ। ਐਂਡ ਯੂ ਕੀਪ ਵਾਚਿੰਗ ਕੈਨੇਡਾ ਦੇ ਸੁਪਰ ਸ਼ੈਫ, ਇੱਕ ਨਿੱਕੀ ਜੀ ਪਿਆਰੀ ਜੀ ਬ੍ਰੇਕ, ਫਿਰ ਮਿਲਦੇ ਹਾਂ ਜੀ ਨੀਤਾ ਕਪੂਰ ਜੀ ਦੀ ਕਿਚਨ ਦੇ ਵਿੱਚ। ਵੈਲਕਮ ਬੈਕ ਫਰੈਂਡਸ, ਦੇਖ ਰਹੇ ਤੁਸੀਂ ਕੈਨੇਡਾ ਦੇ ਸੁਪਰ ਸ਼ੈਫ ਪ੍ਰੈਜੈਂਟਡ ਬਾਈ ਡੈਲ ਮੋਂਟੇ, ਅ ਵਰਲਡ ਆਫ ਫਲੇਵਰਸ ਪਾਵਰਡ ਬਾਈ ਸਪੋਂਸਟਾਲ, ਨਥਿੰਗ ਐਬਜ਼ੌਰਬਸ ਲਾਈਕ ਇਟ, ਅਸੋਸੀਏਟ ਸਪਾਂਸਰ ਹੀਰੋ ਆਟਾ, ਹੀਰੋ ਆਟਾ ਖਾਓ ਸਿਹਤ ਬਣਾਓ, ਐਂਡ ਗਿਲਸ ਸਵੀਟ ਫੈਕਟਰੀ ਬ੍ਰੈਂਪਟਨ, ਸਮੋਸਾ ਸਵੀਟਸ ਐਂਡ ਮੋਰ। ਵੈਲ ਨੀਤਾ ਕਪੂਰ ਜੀ ਦੀ ਕਿਚਨ ਅਸੀਂ ਉਹਦੇ ਵਿੱਚ ਪਹੁੰਚ ਗਿਆ ਜੀ, ਤੇ ਤਿਆਰੀਆਂ ਨੇ ਪੂਰੀਆਂ? ਹਾਂਜੀ ਬਿਲਕੁਲ ਜੀ। ਵਾਹ ਜੀ ਵਾਹ। ਬਟ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਮੈਂ ਇਹਨਾਂ ਦੀ ਫੈਮਿਲੀ ਨੂੰ ਮਿਲਿਆ, ਹਾਂਜੀ, ਮੈਨੂੰ ਉਹ ਯਾਰ ਉਹ ਗੁਰਦਾਸ ਮਾਨ ਦਾ ਗਾਣਾ ਇੱਕ ਯਾਦ ਆਇਆ। ਹਾਂਜੀ, ਉਹਨੂੰ ਕਹਿੰਦੇ ਦੇਸ਼ ਨੀ ਭੁੱਲੀਦਾ, ਜਿਹੜਾ ਤੈਨੂੰ ਯਾਦ ਆ, ਲੱਖ ਪਰਦੇਸੀ ਹੋਈਏ ਓਏ, ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੁੱਲੀਦਾ, ਉਹ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਗੀਦਾ, ਲੱਖ ਪਰਦੇਸੀ ਹੋਈਏ। ਵਾਹ ਜੀ ਵਾਹ। ਇਹਦੇ ਨਾਲ ਹੀ ਪ੍ਰੇਰਨਾ ਦੇ ਨਾਲ ਹੀ ਅਸੀਂ ਤੁਹਾਡੀ ਡਿਸ਼ ਨੂੰ ਟੇਸਟ ਕਰਨਾ ਚਾਹੁੰਦੇ ਹਾਂ। ਹਾਂਜੀ ਜ਼ਰੂਰ ਜੀ, ਜ਼ਰਾ ਆਪਣੀ ਡਿਸ਼ ਬਾਰੇ ਦੱਸੋ ਤਾਂ ਸਹੀ। ਹਾਂਜੀ, ਇਹ ਇੱਕ ਡਿਸ਼ ਹੈਗੀ ਹੈ ਜਿਹਦੇ ਵਿੱਚ ਮੈਂ ਮੂੰਗ ਸਪਰਾਊਟਸ, ਬੋਇਲ ਪੀਸ, ਬੋਇਲ ਬੀਨਸ, ਬੋਇਲ ਸਪਿਨਚ, ਪੀਨਟਸ, ਪਨੀਰ ਇਹ ਯੂਜ਼ ਕਰਾਂਗੀ, ਨਾਲੇ ਮਸਾਲੇ ਨੇ ਜਿਹਦੇ ਵਿੱਚ ਜਿੰਜਰ ਗਾਰਲਿਕ ਪੇਸਟ ਹੈ, ਚਾਟ ਮਸਾਲਾ ਹੈ, ਥੋੜ੍ਹਾ ਜਿਹਾ ਅਮਚੂਰ ਹੈ, ਨਮਕ ਹੈ,
ਤੇ ਗਰਮ ਮਸਾਲਾ। ਨੀਤਾ ਜੀ ਪਹਿਲੇ ਡਿਸ਼ ਦਾ ਨਾਂ ਦੱਸ ਦਿਓ। ਹਾਂਜੀ, ਇਹ ਬਣਾ ਰਹੀ ਹਾਂ ਮੈਂ ਵੈਜੀਟੇਬਲ ਹੌਰਨਸ, ਮੈਂ ਇਹਦਾ ਨਾਮ ਪਾਇਆ ਆਪੇ ਹੀ ਪਾਇਆ ਵੈਜੀਟੇਬਲ ਹੌਰਨਸ। ਹਾਂਜੀ, ਉਹਨੂੰ ਹੌਰਨ ਦੀ ਸ਼ੇਪ ਦੇਵਾਂਗੀ ਮੈਂ। ਅੱਛਾ ਜੀ, ਵਾਹ ਜੀ ਵਾਹ, ਆ ਇੱਕ ਨਵੀਂ 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 ਹੈ, ਕਿਉਂਕਿ ਬੱਚਿਆਂ ਨੂੰ ਨਾਮ ਪਾ ਦਿਓ ਤੇ ਉਹ ਖੁਸ਼ ਹੋ ਕੇ ਖਾਂਦੇ ਨੇ, ਨਹੀਂ ਤੇ ਉਹਨੂੰ ਉਹੀ ਨਾਰਮਲ ਨਾਮ ਦੇਓਗੇ ਤੇ ਕਦੀ ਵੀ ਨਹੀਂ ਖਾਣਗੇ। ਮਤਲਬ ਤੁਸੀਂ ਸਾਡੇ ਵਕਤ ਦੇ ਲੋਕਾਂ ਦੇ ਉੱਤੇ ਸਿੰਗ ਲਾਣ ਲੱਗੇ। ਹਾਂਜੀ ਹਾਂਜੀ ਬਿਲਕੁਲ ਜੀ, ਉਹ ਬੇਟੇ ਦੇ ਸਿਰ ਤੇ ਸਿੰਗ ਲਾਣੇ, ਕਿਉਂਕਿ ਉਹ ਅੱਜ ਖਾਏਗਾ ਨਹੀਂ, ਉਹ ਸਬਜ਼ੀਆਂ ਨਹੀਂ ਖਾਂਦਾ, ਉਹਨੂੰ ਖਿਲਾਣੀਆਂ ਪੈਂਦੀਆਂ ਨੇ। ਅੱਛਾ ਅੱਛਾ ਅੱਛਾ, ਇਹਨਾਂ ਨੂੰ ਇਹਨੂੰ ਪਹਿਲੇ ਮੈਂ ਗ੍ਰਾਇੰਡ ਕਰਾਂਗੀ, ਫਿਰ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਬਲੈਂਡ ਕਰਾਂਗੀ ਮੈਂ। ਅੱਛਾ ਜੀ, ਇਹਨੂੰ ਪਹਿਲੇ ਕਿਉਂਕਿ ਇਹ ਥੋੜੇ ਕਰੜੇ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਥੋੜਾ ਜਿਹਾ ਗ੍ਰਾਇੰਡ ਕਰਨਾ ਪੈਂਦਾ। ਬਟ ਇਹਨਾਂ ਨੂੰ ਬੋਇਲ ਕੀਤਾ ਕਿ ਨਹੀਂ ਕੀਤਾ? ਨਹੀਂ, ਬੋਇਲ ਨਹੀਂ ਕੀਤਾ। ਅੱਛਾ, ਮਤਲਬ ਇਹਨਾਂ ਨੂੰ ਇਸ ਤਰ੍ਹਾਂ ਲੋਕਲੀ ਸਪਰਾਊਟ ਕੀਤਾ? ਲੋਕਲੀ ਸਪਰਾਊਟ ਕੀਤਾ ਆ। ਓਕੇ, ਟੋਟਲੀ ਇਹ ਨੇ ਇਹ ਬਿਊਟੀਫੁਲ ਪ੍ਰੋਟੀਨ, ਹੈਲਦੀ 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 ਪ੍ਰੋਟੀਨ ਹੈ। ਇਹ ਪੀਸ ਨੇ, ਇਹ ਬੋਇਲਡ ਨੇ, ਇਹ ਬੀਨਸ ਵੀ ਨੇ, ਇਹ ਵੀ ਬੋਇਲਡ ਨੇ, ਇਹ ਸਪਿਨਚ ਹੈ, ਇਹ ਵੀ ਬੋਇਲਡ ਹੈ, ਨਾਲ ਮੈਂ ਪੀਨਟਸ ਪਾ ਰਹੀ ਆ ਥੋੜਾ ਕਰੰਚੀ ਫਲੇਵਰ ਲਈ। ਤੇ ਅੱਜ ਬੜੀ ਪ੍ਰੋਟੀਨ ਰਿਚ ਡਾਈਟ ਹੈ ਇੱਥੇ ਜੋ ਮਿਲਦਾ। ਤੇ ਦੂਜੀ ਡਿਸ਼ ਮੈਂ ਬਣਾਵਾਂਗੀ ਜਿਹੜੀ ਹੈਗੀ ਹੈ, ਇਹ ਪਨੀਰ, ਇਹ ਟੋਫੂ, ਇਹਨਾਂ ਦੇ ਸੈਂਡਵਿਚ ਬਣਨਗੇ। ਇਹਦੇ ਵਿੱਚ ਕੋਈ ਬ੍ਰੈਡ ਨਹੀਂ ਯੂਜ਼ ਹੋਏਗੀ। ਓਹੋ, ਅੱਛਾ। ਤੇ ਇਹਨਾਂ ਦੇ ਕਲੱਬ ਸੈਂਡਵਿਚਸ ਬਣਨਗੇ। ਬਿਊਟੀਫੁਲ। ਯੂ ਨੋ, ਸੈਂਡਵਿਚਸ ਦੀ ਗੱਲ ਆਈ, ਬੰਬੇ ਦੇ ਵਿੱਚ ਵਧੀਆ ਟੋਸਟ ਦੇ ਉੱਤੇ, ਹਾਂਜੀ, ਅਸੀਂ ਯਾਦ ਹੈ ਵੈਜੀਟੇਬਲ ਸੈਂਡਵਿਚਸ ਨਾਲ ਚਟਨੀ ਨਾਲ ਖਾਣੇ ਹੁੰਦੇ ਸਾਂ ਜੀ। ਮੈਨੂੰ ਹਾਲੇ ਤੱਕ ਯਾਦ ਹੈ ਅਸੀਂ ਉਹ ਬਨਾਨਾ ਲੀਫ ਤੇ ਮਿਲਣਾ, ਹਾਂ, ਸੈਂਡਵਿਚ ਖਾਣਾ ਜੀ ਜੀ, ਸੈਂਡਵਿਚ ਖਾ ਕੇ ਸਵਾਦ ਲੱਗਣਾ ਬੜਾ, ਤੇ ਥੱਲੇ ਸੁੱਟ ਦੇਣਾ ਬਨਾਨਾ ਲੀਫ ਜ਼ਮੀਨ ਦੇ ਉੱਤੇ, ਹਾਂ, ਤੋ ਕਾਉਜ਼ ਯੂਜ਼ ਟੂ ਕਮ ਗ੍ਰਾਇੰਡ ਕਰ ਰਿਹਾ ਸੀ ਇਸ ਚੀਜ਼ ਨੂੰ, ਉਂਗਲ ਵਿਚਕਾਰ ਆ ਗਈ, ਇਸ ਤਰ੍ਹਾਂ ਲਟਕ ਗਈ। ਇਹ ਹੋ ਗਿਆ, ਗ੍ਰਾਇੰਡ ਕਰਤਾ ਹੈ, ਇਹ ਹੁਣ ਗ੍ਰਾਇੰਡ ਹੋ ਗਿਆ ਫਾਈਨ ਪੇਸਟ। This is the substitute for bread or bread crumbs. Achha. Achha ji, wah ji, wah. Basically, oda AC substitute le rahe hain. Unhe nu main sab kuch hi food processor vich pa deyange. The whole ingredients jede pane hain, oh vi hun bas naal vich pa ke, okay, sara kuch inna nu blend kar dena hai. Achha. Te mash kar lena hai. Eh hun sab kuch vich pa deyange. Te main help karan ji sare? Haan ji, haan ji, definitely sab kuch pa dena hai ide vich. ਪ੍ਰੋਟੀਨ, ਸਪਾਈਸਿਸ, ਫਲੇਵਰ ਇੱਕ ਦੇ ਵਿੱਚ ਹੀ ਹੋ ਗਿਆ, ਇੱਕ ਡਿਸ਼ ਦੇ ਵਿੱਚ ਹੀ ਹੋ ਗਿਆ, ਇੱਕ ਹੀ ਹੋ ਗਿਆ। ਇਹ ਪਾ ਰਹੀ ਹਾਂ ਮੈਂ ਨਮਕ ਅਕੋਰਡਿੰਗ ਟੂ ਟੇਸਟ, ਇਹ ਥੋੜਾ ਜਿਹਾ ਅਮਚੂਰ ਹੈ, ਅਮਚੂਰ ਨੂੰ ਇੰਗਲਿਸ਼ ਕੀ ਕਹਿੰਦੇ ਨੇ, ਮੈਂਗੋ ਪਾਊਡਰ, ਮੈਂਗੋ ਪਾਊਡਰ,
ਐਂਡ ਮੈਂਗੋ ਪਾਊਡਰ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਲੋਕਾਂ ਨੂੰ ਇੰਨਾ ਸਮਝ ਨਹੀਂ ਹੈ ਕਿ ਕੀ ਹੈ, ਬਟ ਅਗਰ ਅਮਚੂਰ ਥੋੜ੍ਹਾ ਬਹੁਤਾ ਆਪਣੇ ਖਾਣੇ 'ਚ ਪਾਇਆ ਜਾਏ ਤੇ ਉਹ ਐਕਚੁਅਲੀ ਪ੍ਰਿਜ਼ਰਵੇਟਿਵ ਹੁੰਦਾ ਬੜਾ। ਅੱਛਾ ਜੀ, ਹਾਂ ਅਸੀਂ ਤੁਸੀਂ ਗੱਲ ਕਰਦੇ ਹੋ, ਹਾਲੇ ਮੈਂ ਵੁੱਡਸਟਾਕ ਲਾਸਟ ਵੀਕ ਆਪਣੀ ਡਾਟਰ ਦੇ ਕੋਲ ਗਈ ਹੋਈ ਸੀ ਤੇ ਚਨੇ ਬਣਾਉਣੇ ਸੀ ਤੇ ਪੂਰਾ ਵਾਲਮਾਰਟ ਘੁੰਮ ਲਿਆ, ਮੈਂਗੋ ਪਾਊਡਰ ਨਹੀਂ ਮਿਲਿਆ, ਮੈਂਗੋ ਪਾਊਡਰ ਨਹੀਂ ਮਿਲਿਆ, ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਮੈਂਗੋ ਪਾਊਡਰ ਹੁੰਦਾ ਕੀ। ਤੁਸੀਂ ਤਾਂ ਪੂਰਾ ਵੁੱਡਸਟਾਕ ਘੁੰਮ ਲਿਆ, ਮੈਂ ਤਾਂ ਜਦੋਂ ਕੈਨੇਡਾ ਆਇਆ ਨਾ ਤੇ ਮੈਂ ਧਨੀਆ ਲੱਭਣ ਵਾਸਤੇ ਬੈਂਫ ਤੋਂ ਮੈਨੂੰ ਜਾਣਾ ਪਿਆ ਕੈਲਗਰੀ। ਤੁਹਾਨੂੰ ਮੈਂ ਇੱਕ ਸਿੰਪਲ ਮੈਥਡ ਦੱਸਦਾ ਕਿ ਨਹੀਂ, ਜਦੋਂ ਅਗਲੀ ਵਾਰ ਲੋੜ ਹੋਵੇ ਨਾ ਚੀਜ਼ਾਂ, ਮੇਰਾ ਵੀਜ਼ਾ ਵੂਜ਼ਾ ਲਵਾਓ, ਟਿਕਟਾਂ ਲਾਓ ਤੁਸੀਂ, ਮੈਂ ਇੰਡੀਆ ਤੋਂ ਲੈ ਕੇ ਆਇਆ ਕਰਾਂ, ਤਾਜ਼ਾ ਤੋੜ ਕੇ ਲੈ ਆਇਆ, ਹੁਣ ਬੈਗ ਬੈਗ ਚ ਪਾ ਕੇ ਲੈ ਆਇਆ। ਨਹੀਂ ਹੁਣ 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 ਟੋਰਾਂਟੋ ਵਿੱਚ ਹੁਣ ਸਾਡੇ ਏਰੀਆ ਵਿੱਚ ਬਹੁਤ ਕੁਝ ਮਿਲਦਾ ਹੁਣ ਸਾਰੇ, ਇਹ ਪਾ ਰਹੀਆਂ ਥੋੜਾ ਜਿਹਾ ਚਾਟ ਮਸਾਲਾ, ਹੋਏ ਹੋਏ, ਪਰ ਇਹ ਸਪਾਈਸਿਸ ਜਿਹੜੇ ਨਾ ਅੱਜ ਕੱਲ ਬ੍ਰੈਂਟਨ ਜਾਂ ਮਿਸਿਸਾਗਾ ਦੇ ਵਿੱਚ ਹਰ ਗਰੋਸਰੀ ਸਟੋਰ, ਹਾਂਜੀ ਹਰ ਗਰੋਸਰੀ, ਇਵਨ ਵਾਲਮਾਰਟ ਵੀ ਰੱਖਦਾ ਹੈ। ਅੱਛਾ ਅੱਛਾ ਅੱਛਾ, ਮੈਨੂੰ ਇੱਕ ਹੋਰ ਚੀਜ਼ ਪਤਾ ਲੱਗੀ ਸੀ ਜਿਹੜੀ ਤੁਸੀਂ ਸਪਾਈਸਿਸ ਮਸਾਲੇ ਯੂਜ਼ ਕਰ ਰਹੇ ਹੋ ਕਿ ਜਿਹੜੇ ਇੱਥੇ ਮਸਾਲਿਆਂ ਦੀ ਕੁਆਲਿਟੀਜ਼ ਹੈ ਉਹ ਇੰਡੀਆ ਨਾਲੋਂ ਫਾਰ ਬੈਟਰ ਹੈ, ਇਹ ਮੈਨੂੰ ਸੁਣਨ ਵਿੱਚ ਆਈ ਸੀ। ਹਾਂਜੀ ਹਾਂਜੀ, ਯੂ ਨੋ ਐਕਚੁਅਲੀ ਜਿਹੜੀ ਕੁਆਲਿਟੀ ਹੈ ਨਾ ਮਸਾਲੇ ਕੁਆਲਿਟੀ ਦੇ, ਇੰਡੀਆ ਤੋਂ ਇਸ ਵਾਸਤੇ ਆਉਂਦੇ ਨੇ ਕਿਉਂਕਿ ਇੱਥੇ ਇਕਨੋਮਿਕਲੀ ਦੇ ਆਰ ਏਬਲ ਟੂ ਗੈਟ ਮੋਰ ਮਨੀ ਫਾਰ ਇਟ। ਓਕੇ, ਇਹ ਚੀਜ਼ ਮੈਂ ਵੀ ਨੋਟਿਸ ਕੀਤੀ ਸੀ ਕਿ ਜਿਹੜੀ ਕਾਲੀ ਮਿਰਚ ਹੈ ਜਾਂ ਇਲਾਚੀ ਹੈ ਜਿਹੜੀ ਕੁਆਲਿਟੀ ਬੈਟਰ ਹੈ ਉਹ ਐਕਸਪੋਰਟ ਹੁੰਦੀ ਇੰਡੀਆ ਤੇ, ਸਾਡੇ ਵਾਸਤੇ ਫਾਇਦੇਮੰਦ ਹੈ ਕਿਉਂਕਿ ਸਾਨੂੰ ਬੜਾ ਹੀ ਵਧੀਆ ਕੁਆਲਿਟੀ ਦੀ ਸਪਾਈਸਿਸ ਇੱਥੇ ਮਿਲਦੇ ਨੇ, ਹਰ ਚੀਜ਼ ਹੀ ਬਹੁਤ ਅੱਛੀ ਮਿਲਦੀ ਹੈ। ਰਾਈਟ, ਇਹ ਹੁਣ ਇਹ ਥੋੜਾ ਜਿਹਾ ਗਰਮ ਮਸਾਲਾ ਪਾ ਰਹੀ ਹਾਂ ਮੈਂ, ਐਂਡ ਦੈਟਸ ਇਟ, ਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਬਲੈਂਡ ਕਰਦੇ ਹਾਂ। ਲਵਲੀ, ਹੁਣ ਗਰਮ ਮਸਾਲਾ ਜਿਹੜਾ, ਹਾਂਜੀ, ਬੜੇ ਲੋਕੀ ਕਹਿੰਦੇ ਕਿ ਯਾਰ ਗਰਮ ਮਸਾਲਾ ਕੋਈ ਸਪਾਈਸੀ ਹੈ, ਗਰਮ ਮਸਾਲਾ ਦਾ ਮਤਲਬ ਇਹ ਨਹੀਂ ਕਿ ਮਿਰਚਾਂ ਹੋਣ ਉਹਦੇ 'ਚ, ਗਰਮ ਮੀਨਸ ਗਰਮੀ ਪਹੁੰਚਾਉਂਦਾ, ਲੌਂਗ, ਸਿਨੇਮਨ, ਨਟਮੈਗ, ਜਾਵਿਤਰੀ ਜਿਹਨੂੰ ਕਹਿੰਦੇ ਹਾਂ, ਇਹ ਜਿਹੜੇ ਮਸਾਲੇ ਨੇ ਇਹ ਜਦੋਂ ਤੁਸੀਂ ਖਾਂਦੇ ਹੋ ਇਹ ਅੰਦਰੋਂ ਗਰਮੀ ਲਿਆਉਂਦੇ ਨੇ, ਤੇ ਇਹ ਨਹੀਂ ਮਿਰਚਾਂ ਮਸਾਲਾ ਨਹੀਂ ਹੁੰਦਾ, ਇਹ ਗਰਮ ਮਸਾਲਾ ਜੀ, ਬਾਕੀ ਕਾਲੀ ਇਲਾਚੀ ਜਿਹੜੀ ਹੈ ਜਿਹਨੂੰ ਅਸੀਂ ਕਹਿੰਦੇ, ਤਾਂ ਹਰ ਹਰ ਹਾਊਸ ਹੋਲਡ ਦਾ ਆਪਣਾ ਆਪਣਾ ਸਟਾਈਲ ਹੁੰਦਾ, ਕੋਈ ਆਦਮੀ ਇਹ ਨਹੀਂ ਕਹਿ ਸਕਦਾ ਕਿ ਮੇਰਾ ਗਲਾਸ ਮਸਾਲਾ ਜ਼ਿਆਦਾ ਵਧੀਆ, ਤੁਹਾਡਾ ਵਧੀਆ ਤੇ ਤੁਹਾਡਾ ਬੜਾ ਵਧੀਆ, ਉਹਨਾਂ ਦਾ ਵਧੀਆ ਤੇ ਉਹਨਾਂ ਦਾ ਬੜਾ ਵਧੀਆ। ਹਾਂਜੀ ਠੀਕ ਹੈ, ਚਲੋ ਆਪ ਗ੍ਰਾਇੰਡ, ਹਾਂਜੀ ਹੁਣ ਇਹਨਾਂ ਨੂੰ ਗ੍ਰਾਇੰਡ ਕਰਾਂਗੇ। ਇਹ ਹੁਣ ਰੈਡੀ ਹੋ ਗਿਆ, ਇਹਦੀ ਥੋੜੀ ਅਸੀਂ ਕੰਸਿਸਟੈਂਸੀ ਜਿਹੜੀ ਹੈ ਬਹੁਤ ਪਤਲੀ ਨਹੀਂ ਰੱਖਣੀ ਹੈ। ਸ਼ੈਫ, ਮੈਂ ਦੇਖਿਆ ਕਿ ਤੁਸੀਂ ਵਿੱਚ ਵੀ ਟੇਸਟ ਕਰਦੇ ਹੋ ਡਿਸ਼ਿਜ਼, ਹੈ ਨਾ, ਤੇ ਇਹਦਾ ਕਾਰਨ ਵੀ ਹੈਗਾ ਮੇਰੇ ਖਿਆਲ 'ਚ। ਵੈਲ ਐਕਚੁਅਲੀ ਦੇਖਿਆ ਜਾਏ ਕਿ ਅਗਰ ਤੁਸੀਂ ਆਪਣੇ ਖਾਣੇ ਨੂੰ ਨਹੀਂ ਟੇਸਟ ਕਰੋਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹਦੇ 'ਚ ਕਿੰਨਾ ਪਿਆਰ ਹੈ, ਕਿੰਨੀ ਡਿਸ਼ ਹੈ, ਕਿੰਨਾ ਲੂਣ ਹੈ, ਕਿੰਨੀ ਮਿਰਚ ਹੈ, ਕਰਨਾ ਪੈਂਦਾ ਕਿ ਨਹੀਂ ਕਰਨਾ ਪੈਂਦਾ, ਤਾਂ ਮੈਂ ਜਿਹੜਾ ਟੇਸਟ ਕਰਕੇ ਦੇਖ ਲੈਂਦਾ। ਤੁਸੀਂ ਵੀ ਟੇਸਟ ਕਰਕੇ ਦੇਖੋ ਤੁਹਾਨੂੰ ਕੀ ਲੱਗਦਾ। ਮੈਨੂੰ ਮੇਰੀਆਂ ਅੱਖਾਂ ਕਹਿੰਦੀਆਂ ਲੂਣ ਘੱਟ ਹੈ। ਇੱਕ ਪਰਫੈਕਟ ਸ਼ੈਫ ਆਪਣੇ ਖਾਣੇ ਨੂੰ ਦੇਖ ਕੇ ਕਹਿ ਸਕਦਾ। ਹਾਂਜੀ, ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਾਂ, ਮੈਂ ਆਪਣੇ ਵਿਜਿਸ ਕਿਚਨ ਦੇ ਵਿੱਚ ਮੀਟ ਬਣਾਉਂਦਾ। ਹਾਂਜੀ, ਸਾਡੀ ਸਾਰੀ ਲੇਡੀਜ਼ ਵੈਜੀਟੇਰੀਅਨ ਹੋਈ। ਅੱਛਾ ਜੀ, ਉਹ ਖਾਣੇ ਨੂੰ ਦੇਖ ਕੇ ਬਣਾ ਕੇ ਦੱਸ ਦਿੰਦੀਆਂ ਕਿ ਇਹਦੇ 'ਚ ਲੂਣ ਘੱਟ ਹੈ ਕਿ ਜ਼ਿਆਦਾ ਹੈ। This is so amazing, but the vegetarian ne nal sare, but even then apna jada taste hai on pata lag janda, and they make beautiful delicious dishes.
ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਤੁਹਾਨੂੰ ਦੇਖਣ ਦੇ ਨਾਲ ਪਤਾ ਲੱਗ ਜਾਂਦਾ ਕਿ ਇਹਦੇ ਲੂਣ ਘੱਟ ਹੈ ਕਿ ਨਹੀਂ ਘੱਟ ਹੈ। ਤਾਂ ਪਾਈਏ ਫਿਰ, ਪਾਓ ਪਾਓ। ਚੰਡੀਗੜ੍ਹ ਵਾਲੇ ਅੱਜ ਦੇਖ ਰਹੇ ਕਿੰਨਾ ਕੁ ਕਮਾਲ ਦਿਖਾਉਣੇ ਨੇ ਜੀ। ਚੰਡੀਗੜ੍ਹ ਬਹੁਤ ਸੋਹਣਾ ਸ਼ਹਿਰ ਸਾਡੇ ਇੰਡੀਆ ਦਾ, ਇਨਫੈਕਟ ਏਸ਼ੀਆ ਦਾ ਮੋਸਟ ਬਿਊਟੀਫੁਲ ਸਿਟੀ ਆਫ ਏਸ਼ੀਆ। ਇਹਦੇ ਚ ਮੈਂ ਪੀਨਟਸ ਥੋੜੇ ਕਰੰਚੀ ਰੱਖੇ ਨੇ ਜਾਣ ਕੇ ਕਿ ਉਹ ਕਰੰਚੀ ਫਲੇਵਰ ਜਿਹੜਾ ਆਏਗਾ ਉਹ ਅੱਛਾ ਲੱਗਦਾ ਇਹਦੇ ਵਿੱਚ। ਅੱਛਾ, ਤੁਸੀਂ ਕਿੰਨੇ ਸਾਲ ਚੰਡੀਗੜ੍ਹ ਰਹੇ? ਮੈਂ ਜੰਮੀ ਉੱਥੇ ਸੀ। ਤੁਸੀਂ ਜੰਮੀ ਉੱਥੇ ਸੀ? ਅੱਛਾ, ਇੱਕ ਮੈਨੂੰ ਗੱਲ ਸਮਝ ਨਹੀਂ ਆਈ, ਮੈਂ ਥੋੜਾ ਸੋਚੀ ਜਾਣਾ ਜੇ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੂਰੇ ਏਸ਼ੀਆ ਦੀ ਬਿਊਟੀਫੁਲ ਸਿਟੀ ਹੈ ਚੰਡੀਗੜ੍ਹ, ਚੰਡੀਗੜ੍ਹ ਨੂੰ ਛੱਡ ਕੇ ਕਿਹੜਾ ਆਉਂਦਾ ਪਹਿਲਾਂ ਬਾਹਰ? ਬੱਚਿਆਂ ਕਰਕੇ ਆਏ ਸੀ ਅਸੀਂ। ਅੱਛਾ, ਮਿਸ ਕਰਦੇ ਹੋ ਵੈਸੇ ਚੰਡੀਗੜ੍ਹ ਨੂੰ? ਹੁਣ ਨਹੀਂ, ਹੁਣ ਨਹੀਂ, ਹੁਣ ਹੁਣੇ ਆਪਣਾ ਘਰ ਲੱਗਦਾ। ਜੇ ਚੰਡੀਗੜ੍ਹ ਤੁਹਾਨੂੰ ਮਿਸ ਕਰਦਾ ਹੋਵੇ ਫਿਰ? ਨਹੀਂ, ਚੰਡੀਗੜ੍ਹ ਹੁਣ ਕੋਈ ਰਹਿ ਨਹੀਂ ਗਿਆ ਉੱਥੇ ਦਾ ਹੁਣ। ਅੱਛਾ, ਪਰ ਤੁਸੀਂ ਕਹਿੰਦੇ ਜਦ ਤੁਸੀਂ ਸ਼ਹਿਰ ਛੱਡ ਦਿੰਦੇ ਹੋ ਤੇ ਬੰਦੇ ਤੁਹਾਨੂੰ ਛੱਡ ਦਿੰਦੇ ਹੋ ਉੱਥੇ। ਪਰ ਮੈਨੂੰ ਲੱਗਦਾ ਕਿ ਜਿਹੜੀ ਤੁਹਾਡੀ ਡਿਸ਼ ਹੈ ਇਹ, ਕਿਉਂਕਿ ਹੁਣ ਮੋਰ ਇਹਦੇ ਪਰ ਚੰਡੀਗੜ੍ਹ ਦੀ ਵੀ ਲੱਗ ਰਹੀ ਹੈ, ਇੱਧਰ ਕੈਨੇਡਾ ਦੀ ਵੀ ਲੱਗ ਰਹੀ ਹੈ। ਸੋ ਚੰਡੀਗੜ੍ਹ ਗੋਨਾ ਮਿਸ ਯੂ, ਤੇ ਅਸੀਂ ਜਦੋਂ ਜਾਇਆ ਕਰਾਂਗੇ ਅਸੀਂ ਕਹਾਂਗੇ ਉੱਧਰ ਆਪਾਂ ਨੀਤਾ ਕਪੂਰ ਜੀ ਦੇ ਹੱਥ ਦੀ ਕੁਝ ਬੜੀ ਡਿਸ਼ ਖਾਧੀ ਸੀਗੀ। ਹਾਂਜੀ, ਮੈਂ ਜਦੋਂ ਨੈਕਸਟ ਟਾਈਮ ਚੰਡੀਗੜ੍ਹ ਜਾਵਾਂਗਾ ਕਿਹੜਾ ਉੱਥੇ ਜਿਹੜਾ ਪਾਰਕ ਕਿਹੜਾ ਜਿਹੜਾ ਬੜਾ ਵਧੀਆ ਸੋਹਣਾ ਜਿਹਾ ਪਾਰਕ ਹੈਗਾ, ਰੌਕ ਗਾਰਡਨ ਜਿਹੜਾ, ਰੋਜ਼ ਗਾਰਡਨ ਜਾ ਕੇ ਉੱਥੇ ਜਾ ਕੇ ਮੈਂ ਗਾਰਡਨ ਦੇ ਵਿੱਚ ਬਹਿ ਕੇ ਮੈਂ ਤੁਹਾਡੇ ਨਾਂ ਦੇ ਉੱਤੇ ਡਿਸ਼ ਯਾਦ ਰੱਖਾਂਗਾ ਕਿ ਰੋਜ਼ ਗਾਰਡਨ ਦੇ ਵਿੱਚ ਬੈਠੇ ਨੀਤਾ ਕਪੂਰ ਦੀ ਡਿਸ਼ ਖਾਧੀ ਸੀ। ਠੀਕ ਹੈ, ਕਿਉਂਕਿ ਮੈਨੂੰ ਬੜਾ ਚੰਗਾ ਲੱਗਦਾ ਇੰਡੀਆ ਦਾ ਜੀ, ਇੰਡੀਆ ਮੇਰੇ ਵਾਸਤੇ ਤੇ ਮੈਨੂੰ ਬੜਾ ਮਜ਼ਾ ਆਉਂਦਾ ਜਾ ਕੇ, ਰੌਣਕ ਬਿਲਕੁਲ ਮਤਲਬ ਬੜਾ ਮਜ਼ਾ ਆਉਂਦਾ। ਖੁੱਲ੍ਹਾਪਨ, ਕਲਰਸ, ਯੂ نو ਜਿੱਦਾਂ ਹੁਣ ਤੁਸੀਂ ਆਪਣੇ ਕੱਪੜਿਆਂ ਰਾਹੀਂ ਅਟਾਇਰਸ ਰਾਹੀਂ ਸ਼ੋ ਕਰਦੇ ਹੋ ਇੰਨਾ ਕਲਰਸ, ਤੇ ਉਹ ਸਾਰੇ ਕਲਰ ਸਾਨੂੰ ਆਲੇ ਦੁਆਲੇ, ਮੈਨੂੰ ਤੇ ਇੰਨਾ ਮਜ਼ਾ ਆਉਂਦਾ ਜਾ ਕੇ, ਮੈਂ ਕਦੀ ਕਦੀ ਚਾਹ ਲਿੱਤੀ ਖੁੱਲ੍ਹੜ ਦੇ ਚੁਰਾਏ ਤੇ ਬਹਿ ਗਏ ਤੇ ਲੋਕਾਂ ਨੂੰ ਦੇਖਦੇ ਰਹੇ ਦੋ ਤਿੰਨ ਘੰਟੇ ਤੇ ਐਵੇਂ ਨਿਕਲ ਜਾਂਦੇ। ਹੁਣ ਥੋੜਾ ਜਿਹਾ ਇਹਨੂੰ ਹੋਰ ਕਰਨ ਵਾਸਤੇ ਅਸੀਂ ਥੋੜਾ ਜਿਹਾ ਜਿੰਜਰ ਗਾਰਲਿਕ ਪੇਸਟ ਪਾਵਾਂ। ਅੱਛਾ, ਠੀਕ ਹੈ, ਥੋੜਾ ਜਿਹਾ ਸਟਰੋਂਗ ਟੇਸਟ ਆ ਜਾਏ, ਥੋੜਾ ਜਿਹਾ ਸਟਰੋਂਗ ਪੰਜਨ ਟੇਸਟ, ਜਿੰਜਰ ਗਾਰਲਿਕ ਜਿਹੜਾ ਉਹ ਐਕਚੁਅਲੀ ਹੈਲਥੀ ਹੈ। ਹਾਂ, ਹੈਲਥੀ ਵੀ ਬੜਾ, ਰਾਈਟ ਜੀ। ਇਹਨੂੰ ਥੋੜਾ ਜਿਹਾ ਇਨਹਾਂਸ ਕਰ ਦਿਆਂਗੇ ਟੇਸਟ ਨੂੰ। ਠੀਕ ਹੈ, ਨੈਕਸਟ ਸਟੈਪ ਕੀ ਹੋਏਗਾ? ਹੁਣ ਬਸ ਅਸੀਂ ਇਹਨੂੰ ਸ਼ੇਪ ਕਰਕੇ ਤੇ ਇਹਨੂੰ ਹਲਕੇ ਹਲਕੇ ਸੌਤੇ ਕਰਾਂਗੇ। ਅੱਛਾ, ਬਸ ਠੀਕ, ਤੋ ਸ਼ੇਪ ਮਤਲਬ ਸ਼ੇਪ ਹੱਥ ਨਾਲ ਦੇਾਂਗੇ ਨਾ, ਥੋੜਾ ਜਿਹਾ ਆਇਲ ਕਰਕੇ ਹੱਥ ਤੋਂ। ਹਾਂਜੀ, ਤੇ ਆਈ ਵਿਲ ਸ਼ੇਪ ਦਾ। ਅਸੀਂ ਵੈਸੇ ਨਾਲ ਦੀ ਨਾਲ ਹੀ ਬਣਾਉਂਦੇ ਹਾਂ, ਨਾਲ ਦੀ ਨਾਲ ਹੀ ਉਹਦੇ 'ਚ ਗਰਮ ਕਰਕੇ ਉਹਨੂੰ ਪਾ ਦਿੰਦੇ ਹਾਂ ਤਾਂ ਕਿ ਇਹ ਚਿਪਕਣ ਨਾ। ਇਹਨਾਂ ਦੀ ਵੈਸੇ ਜਿਹੜਾ ਨਾਂ ਤੁਸੀਂ ਦਿੱਤਾ ਹੌਰਨ, ਹਾਂਜੀ, ਇਹ ਕਿੱਥੋਂ ਆਇਆ, ਡਿਵੈਲਪ ਕਿੱਥੋਂ ਆਇਆ? ਬਸ ਐਵੇਂ ਐਵੇਂ ਹਰੇ ਭਰੇ ਕਬਾਬ ਬਣਾਏ, ਉਹਨੇ ਕਹਿਣਾ ਅੱਜ ਫਿਰ, ਅੱਜ ਫਿਰ ਮੈਂ, ਮੈਨੂੰ ਕੁਛ ਡਿਫਰੈਂਟ ਦਿਓ, ਹੁਣ ਅੱਜ ਨਾਮ ਡਿਫਰੈਂਟ ਪਾਤਾ। ਇਸ ਤਰ੍ਹਾਂ ਅਸੀਂ ਇਹਨਾਂ ਨੂੰ ਕਰਕੇ put them on this. ਮੈਨੂੰ ਅਲਾਊਡ ਹੈ ਕਰਨਾ ਕਿ ਨਹੀਂ? ਹਾਂ ਹਾਂ, ਡੈਫੀਨਟਲੀ, ਵਾਈ ਨਾਟ। ਤੁਸੀਂ ਲੋ ਜੀ, ਇੱਥੇ ਸ਼ੈਫ ਨੇ ਆਪਣੇ ਹੱਥ ਖਾਲੀ ਕੀਤੇ ਆ, ਪਰ ਮੈਂ ਇਹਨਾਂ ਦੇ ਹੱਥ ਚੋਂ, ਅੱਜ ਤੁਸੀਂ ਵਿਚਕਾਰ ਆ ਜਾਓ, ਹਾਂਜੀ, ਸ਼ੈਫ ਦੇ ਹੱਥ ਵਿੱਚੋਂ, ਇਹਨਾਂ ਦੀ ਉਂਗਲੀ ਵਿੱਚੋਂ ਮੈਂ ਕੁਝ ਇਹਨਾਂ ਜਿਹੜਾ ਹੁਣੇ ਲਾਇਆ ਹੈ, ਇਹ ਬਹੁਤ ਇੰਟਰਸਟਿੰਗ ਜਿਹੀ ਇੱਕ ਚੀਜ਼ ਆ ਜੀ। ਆਹ ਦੇਖੋ, ਇਹਨੂੰ ਹੁਣ ਮੈਂ ਮੁੰਦੀ ਕਵਾਂ, ਕੋਈ ਯਾਦਗਾਰ ਕਵਾਂ, ਕੀ ਕਵਾਂ, ਇਹਦੇ ਵਿੱਚ 1 ਰੁਪਏ ਦਾ ਪੁਰਾਣਾ ਸਿੱਕਾ ਜਿਹੜਾ ਇੰਡੀਆ 'ਚ ਵੀ ਹੁਣ ਮਤਲਬ ਬੰਦ ਹੋ ਗਿਆ ਬਣਨਾ, ਉਹ ਇਹਨਾਂ ਨੇ ਵਿੱਚ ਖਿਣਵਾਇਆ ਹੋਇਆ, ਅਤੇ ਇਹ ਹੁਣ ਸ਼ੈਫ ਦੱਸਣਗੇ ਵੀ ਆਪਾਂ ਸਾਰੇ ਦੇਖ ਰਹੇ ਹਾਂ, ਪੂਰਾ ਵਰਲਡ ਇਹਨਾਂ ਨੂੰ ਦੇਖਦਾ,
ਉਹਦੇ ਵਿੱਚ ਇਹਨਾਂ ਦੀ ਸਾਰੀ ਜਰਨੀ ਵਿੱਚ ਮਾਈਲਸਟੋਨਸ ਜਿਹੜੇ ਵੀ ਇਹਨਾਂ ਨੇ ਅਚੀਵ ਕੀਤੇ ਨੇ, ਸੈਟਅਪ ਕੀਤੇ ਨੇ, ਇਹ ਕੀ ਇਹਦਾ ਮਕਸਦ ਹੈ, ਕੀ ਇਹਦਾ ਮਤਲਬ ਹੈ? ਇਹਦਾ ਮਕਸਦ ਬੜਾ ਬਹੁਤ ਹੀ ਸਟਰੋਂਗ ਹੈ। ਮੈਂ ਜਦੋਂ ਇੰਡੀਆ ਛੱਡ ਕੇ ਆਇਆ ਲਾਸਟ, ਮੇਰੀ ਦਾਦੀ ਉਸ ਦਿਨ ਸਵੇਰੇ ਅੰਮ੍ਰਿਤਸਰ ਜਾ ਕੇ, ਅੰਮ੍ਰਿਤਸਰ ਦੇ ਵਿੱਚ ਅਸੀਂ ਰਹਿੰਦੇ ਸਾਂ, ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਹਰਿਮੰਦਰ ਸਾਹਿਬ ਜਾ ਕੇ ਅਤੇ ਇਹ 1 ਰੁਪਏ ਦਾ ਕੋਇਨ ਦਾ ਪ੍ਰਸ਼ਾਦ ਅਤੇ ਸੀਤਲਾ ਦੇਵੀ ਮੰਦਿਰ ਦਾ ਉਹਨੇ ਇਹਨਾਂ ਨੇ ਕਿਹਾ ਕਿ ਤੂੰ ਆਪਣੀ ਜੇਬ 'ਚ ਪਾ ਲਾ। ਟ੍ਰੇਨ ਜਾ ਰਹੀ ਸੀ, ਉਹਨਾਂ ਨੇ ਮੈਨੂੰ ਫਟਾਫਟ ਜੇਬ 'ਚ ਫੜਾ ਤਾ, ਮੈਂ ਫੜ ਕੇ ਆਪਣੀ ਜੇਬ 'ਚ ਪਾ ਲਿਆ। ਉਹਨਾਂ ਨੇ ਕਿਹਾ ਕਿ ਜਦੋਂ ਤੂੰ ਇਹ ਜੇਬ 'ਚ ਪਾ ਕੇ ਰੱਖੇਗਾ, ਯੂ ਵਿਲ ਸੀ ਹੈਪੀਨੈਸ ਐਂਡ ਸਕਸੈਸ। ਮੈਂ ਜੇਬ 'ਚ ਪਾ ਲਿਆ, ਮੈਂ ਇੰਨੇ ਸਾਲ ਜਿੱਥੇ ਵੀ ਜਾਂਦਾ ਰਿਹਾ ਆਪਣੇ ਪਰਸ ਦੇ ਵਿੱਚ ਇਹ ਰੁਪਇਆ ਜਿਹੜਾ ਸੀ ਕੋਇਨ ਰੱਖਿਆ, ਬਟ ਮੈਂ ਫਾਈਨਲੀ ਕਿਹਾ ਕਿ ਅਗਰ ਇਹਨੂੰ ਪੂਰਾ ਅਹੁਦਾ ਦੇਣਾ ਹੀ ਹੈ ਤਾਂ ਇਹਨੂੰ ਕੋਈ ਚੀਜ਼ ਇਹੋ ਜਿਹੀ ਚੀਜ਼ ਬਣਾਈ ਜਾਏ ਜਿਹੜੀ ਇਹ ਨਾਲ ਰਹੇ। ਅਤੇ ਮੈਂ ਇਹਨੂੰ ਇੱਕ ਕੋਇਨ ਨੂੰ ਕਿਸੇ ਪ੍ਰੋਪਰ ਜੂਲਰ ਕੋਲ ਜਾ ਕੇ ਉਹਨੂੰ ਮੈਂ ਸੈੱਟ ਕਰਾ ਦਿੱਤਾ। ਹੈ ਤਾਂ ਰੁਪਇਆ ਇੱਕ ਇਮੋਸ਼ਨਲ ਵੈਲਿਊ ਅਤੇ ਇਹਦਾ ਕੋਈ ਇਹ ਪ੍ਰਾਈਸਲੈਸ ਹੈ। ਇਹਨੂੰ ਤੁਸੀਂ ਨਾ ਮੇਰੇ ਕੋਲ ਲੈ ਸਕਦੇ ਹੋ ਅਤੇ ਨਾ ਮੇਰੀ ਯਾਦ। We all can feel ki tade emotions ki chal rahe hone is sikke de naal. Ik main ik saade kehnda tu khota sikka hai ki karega ja ke kehne te aj ik sikke ne aj ehna karke apa chef jehde saade aage saade india nu represent kar rahe hain, punjab nu represent karde ne worldwide. So really thankful to this sikka. 1 rupaye de sikke ch bahut vaddi kahani likhi hoyi hai Sarla Devi vich. We are so proud of you, sir. Thank you, ji. Achha, proud ji, gal karne paye, shape theek aayi hai? Haan ji, haan ji, first class. Tusi keh sakde ho ki abhi Vikram, tuhadi shape horn di tarah theek nahi aayi, but mere singh de na thode mote hi rehnde. Nahi, nahi, first class te. Bahut badhiya ji. Jab te saada dough rest karda 10 mint li, assi tuhanu dooji recipe shuru kar lene hain. Te that is also very healthy, which I am making. That's going to be like with paneer and tofu. Like, I'm going to make 2 different versions. ਪਨੀਰ ਜਾਂ ਟੋਫੂ ਜੋ ਵੀ ਮਤਲਬ ਬੱਚਾ ਪਸੰਦ ਕਰ ਰਹੇ ਅਤੇ ਇਹਦੇ ਵਿੱਚ ਅਸੀਂ ਕੀ ਲੈਣਾ, ਇਹਦੀ ਫਿਲਿੰਗ ਅਸੀਂ ਸਾਰੀ ਸੇਮ ਲਾਂਗੇ। ਮੇਰੇ ਕੋਲ ਇੱਥੇ ਹੈਗਾ ਗਰੇਟਿਡ ਪਨੀਰ, ਇਹ ਚੀਜ਼ ਹੈਗਾ ਥੋੜ੍ਹਾ ਜਿਹਾ ਟੋਫੂ ਐਂਡ ਪਨੀਰ ਗਰੇਟਿਡ ਹੈ ਕਿ ਸਿਰਫ ਪਨੀਰ ਗਰੇਟਿਡ? ਇਹ ਸਿਰਫ ਚੀਜ਼ ਹੈਗਾ ਗਰੇਟਿਡ ਅਤੇ ਟੋਫੂ ਇਹਦੇ ਵਿੱਚ
ਫਿਲਿੰਗ ਇਹਦੀ ਵੀ ਦੇ ਸਕਦੇ ਹਾਂ ਤੇ ਇਹਦੀ ਫਿਲਿੰਗ। ਮੈਨੂੰ ਇਹ ਲੱਗਦਾ ਕਿ ਤੁਸੀਂ ਖਾਣਾ ਜਿਹੜਾ ਹਾਂਜੀ ਬੜੇ ਪਿਆਰ ਨਾਲ ਬਣਾਉਂਦੇ ਹੋ, ਬਟ ਇਹ ਬੱਚਿਆਂ ਵੱਲ ਧਿਆਨ ਜ਼ਿਆਦਾ ਤੇ ਜਿਹੜੇ ਟ੍ਰੈਡੀਸ਼ਨਲ ਤੁਹਾਡੇ ਨਾਲ ਰਹਿੰਦੇ ਹਨ ਉਹਨਾਂ ਵਾਸਤੇ ਥੋੜਾ ਘੱਟ ਲੱਗਦਾ, ਕੀ ਵਜ੍ਹਾ ਕੀ? ਨਹੀਂ ਮੇਰੇ ਹਸਬੈਂਡ ਬੜੇ ਫਸੀ ਹੈ, ਉਹਨਾਂ ਦਾ ਵੀ ਬੰਦਾ ਹੈ, ਉਹਨਾਂ ਦੇ ਵਾਸਤੇ ਬਰਦਾ ਨਾ ਉਹ ਨਹੀਂ ਖਾਂਦੇ ਸਵਾਦ ਲੱਗਦਾ ਉਹਨਾਂ ਨੂੰ। ਤੇ ਦੂਜਾ ਹੁਣ ਅਸੀਂ ਬਣਾਵਾਂਗੇ ਪਨੀਰ ਦਾ ਵੀ ਇਸ ਤਰ੍ਹਾਂ ਹੀ। ਅੱਛਾ, ਪਨੀਰ ਦੇ ਵੀ ਥਿਕ ਥਿਨ ਮਤਲਬ ਸਲਾਈਸਸ ਕੱਟੇ ਹੋਏ ਆ ਮੈਂ, ਹਾਂ, ਤੇ ਇਹਦੇ ਵੀ ਅਸੀਂ ਪਨੀਰ ਦੇ ਮੈਨੂ ਬਣਾ ਲੈਂਦੇ ਹਾਂ। ਹਾਂਜੀ ਤੁਸੀਂ ਬਣਾਓ, ਠੀਕ ਹੈ? ਹਾਂਜੀ ਹਾਂਜੀ, ਮੈਂ ਆਫਟਰ ਆਲ ਮੈਂ ਵੀ ਤੇ ਕੁਝ ਕਰਕੇ ਦਿਖਾਵਾਂ, ਤੁਸੀਂ ਐਵੇਂ ਮੈਨੂੰ ਕਹੋਗੇ ਕਿ ਵਿਕਰਮ ਤੂੰ ਆ ਕੇ ਦੇਖ ਕੇ ਚਲਾ ਗਿਆ ਹੈ, ਕੀਤਾ ਤੇ ਕੁਝ ਹੈ ਨਹੀਂ। ਹਾਂਜੀ, ਇਹਨੂੰ ਹੋਰ ਸਪਾਈਸੀ ਬਣਾਉਣਾ ਤੇ ਹਰੀ ਮਿਰਚ ਵਗੈਰਾ ਵੀ ਪਾ ਸਕਦੇ ਹੋ ਤੁਸੀਂ, ਜਿਸ ਤਰ੍ਹਾਂ ਜਿੱਦਾਂ ਜੋ ਸਪਾਈਸ ਲੈਵਲ ਹੈ। ਨੀਤਾ ਕੌਰ ਜੀ, ਤੁਸੀਂ ਕਦੇ ਇਮੇਜਿਨ ਕੀਤਾ ਸੀਗਾ ਕਿ ਚੰਡੀਗੜ੍ਹ ਤੋਂ ਇੱਥੇ ਆ ਕੇ ਕੈਨੇਡਾ ਚ ਆ ਕੇ ਹਾਂਜੀ ਵਰਲਡ ਫੇਮਸ ਸ਼ੈਫ ਵਿਕਰਮ ਜੀ ਤੁਹਾਡੀ ਕਿਚਨ ਚ ਆ ਕੇ ਤੁਹਾਡਾ ਇਹ ਮੇਰੀ ਡ੍ਰੀਮ ਕਮ ਟਰੂ ਹੈ ਯਾ। This was my dream. Okay. It's my dream come true. Next step kiya ji. ਹੁਣ ਬਸ ਇਹਨੂੰ ਅਸੀਂ ਆਪਣੀ ਪਨੀਨੀ ਮੇਕਰ ਵਿੱਚ, ਮੇਰੀ ਗਰਮ ਹੈ ਉਹ ਆਲਰੇਡੀ ਗਰਮ ਹੋਈ ਹੋਈ ਹੈ, ਉਹਦੇ ਵਿੱਚ ਇਹਨੂੰ 2 ਜਾਂ 3 ਮਿੰਟ ਮੈਕਸੀਮਮ ਗਰਿੱਲ। ਜਦ ਤੇ ਸਾਡੇ ਸੈਂਡਵਿਚਸ ਗ੍ਰਿਲ ਹੋ ਰਹੇ ਹੈ ਹੁਣ ਅਸੀਂ ਇਹਨਾਂ ਨੂੰ ਸ਼ੈਲੋ ਫਰਾਈ ਕਰ ਲੈਂਦੇ ਹਾਂ। ਇਹਨਾਂ ਥੋੜਾ ਹੈਂਡਲ ਵਿਦ ਕੇਅਰ ਕਰਨਾ ਪੈਂਦਾ। ਅੱਛਾ ਜੀ, ਇਹ ਨਾਜ਼ੁਕ ਜੀ ਚੀਜ਼ ਹੈ ਨਾ। ਹਾਂ, ਇਹ ਗੁਰਜੀਤ ਵਕਰ ਇਹਨਾਂ ਨੂੰ ਵੀ ਥੋੜਾ ਹੈਂਡਲ ਵਿਦ ਕੇਅਰ। ਇਹ ਜਦੋਂ ਆਏ ਸੀ ਇੰਡੀਆ ਤੋਂ ਤੇ ਇਹਨਾਂ ਦੇ ਤੇ ਦੋ ਸਟicker ਲੱਗੇ ਹੋਏ ਸੀ, ਫਰਾਜਾਈਲ ਤੇ ਹੈਂਡਲ ਵਿਦ ਕੇਅਰ। ਲਓ ਜੀ, ਇਹਨਾਂ ਦੀ ਡਿਸ਼ ਆਈ ਗੈਸ ਤਿਆਰ ਹੋ ਚੁੱਕੀ ਹੈ, ਪਰ ਜਿਹੜਾ ਹੁਣ ਅਗਲਾ ਪਾਰਟ ਹੈਗਾ ਉਹ ਹੈਗਾ ਪਲੇਟਿੰਗ ਦਾ, ਪ੍ਰੈਜੈਂਟੇਸ਼ਨ ਉਹ ਕਿੱਦਾਂ ਦੀ ਹੋਏਗੀ ਆਪਾਂ ਦੇਖਦੇ ਹਾਂ, ਤੇ ਕਿੰਨਾ ਕੁ ਇਹਨਾਂ ਦੀ ਪ੍ਰੈਜੈਂਟੇਸ਼ਨ ਸਾਡੇ ਸ਼ੈਫ ਵਿਕਰਮ ਜੀ ਨੂੰ ਇੰਪ੍ਰੈਸ ਕਰ ਪਾਏਗੀ ਜਾਂ ਨਹੀਂ ਕਰ ਪਾਏਗੀ। ਲੈਟਸ ਸੀ।
ਇਨਵਾਇਰਮੈਂਟ ਜਿਹੜੀ ਹੁੰਦੀ ਹੈ ਟੈਸਟਿੰਗ ਵਾਲੀ, ਇੱਥੇ ਸ਼ਾਂਤੀ ਤਾਂ ਹੁੰਦੀ ਹੈ ਪਰ ਜਿਹੜਾ ਕੰਟੈਸਟੈਂਟ ਹੈ ਉਹਦੇ ਦਿਲ 'ਚ ਅਸ਼ਾਂਤੀ ਫੈਲੀ ਹੁੰਦੀ ਹੈ, ਬਹੁਤ ਕੁਛ ਚੱਲਦਾ ਕੀ ਹੋਵੇ, ਹੈ ਨਾ ਜੀ? ਹਾਂਜੀ ਨੀਤਾ ਜੀ, ਕੀ ਚੱਲ ਰਿਹਾ ਇਸ ਵਕਤ? ਹਾਂਜੀ, ਮੈਨੂੰ ਪਤਾ ਕਰਨਾ ਹੈ ਕੀ ਕਮੀਆਂ ਨੇ ਇਹਦੇ ਵਿੱਚ, ਹਾਂ, ਤੇ ਕੀ ਇੰਪਰੂਵ ਕੀਤਾ ਜਾ ਸਕਦਾ ਹੈ। ਆਲਮੋਸਟ ਪਰਫੈਕਸ਼ਨ ਦੇ ਵਿੱਚ ਤੇ ਮਤਲਬ ਬਹੁਤ ਸਵਾਦ, ਟੈਕਸਚਰ ਬੜਾ ਵਧੀਆ ਪੀਨਟਸ ਦਾ, ਜਿਸ ਤਰ੍ਹਾਂ ਤੁਸੀਂ ਬਣਾਈ ਹੈ, ਹੈਲਥੀਨੈਸ ਬੜੀ ਵਧੀਆ, ਕੋਲਸਲਾ ਉਹਦੇ ਨਾਲ ਚਟਨੀ ਨਾਲ ਸਰਵ ਕੀਤੀ ਹੈ, ਯੂ ਸ਼ੁਡ ਬੀ ਵੈਰੀ ਪ੍ਰਾਊਡ। ਬਟ ਖਾਣਾ ਬਣਾਉਣ ਦੇ ਵਿੱਚ ਗਲਤੀਆਂ ਨਹੀਂ ਹੁੰਦੀਆਂ। ਹਾਂਜੀ ਹਾਂਜੀ, ਉਹ ਤਾਂ ਹੈ ਹੀ ਹੈ। ਜਿਹੜਾ ਬੰਦਾ ਗਲਤੀਆਂ ਨਹੀਂ ਕਰਦਾ ਖਾਣਾ ਬਣਾਉਣ 'ਚ, ਉਹ ਕਦੀ ਇੰਪਰੂਵ ਹੀ ਨਹੀਂ ਕਰ ਸਕਦਾ। ਹਾਂਜੀ, ਤਾਂ ਮੈਂ ਦੋ ਤਿੰਨ ਚੀਜ਼ਾਂ ਤੁਹਾਨੂੰ ਆਈਡੀਆਜ਼ ਦਿਆਂਗਾ ਜਿਹਨੂੰ ਥੋੜ੍ਹਾ ਜਿਹਾ ਤੁਸੀਂ ਠੀਕ ਕਰ ਸਕਦੇ ਹੋ। ਹਾਂਜੀ, ਡੈਫੀਨੇਟਲੀ। ਇੱਕ ਕਿ ਜਦੋਂ ਤੁਸੀਂ ਗ੍ਰਾਇੰਡ ਕਰ ਰਹੇ ਹੋ ਸਪਰਾਊਟ, ਦੋ ਤਿੰਨ ਕਿਊਬ ਆਈਸ 'ਤੇ ਪਾ ਦਿਓ। ਹਾਂਜੀ, ਉਹ ਆਈਸ ਜਦੋਂ ਘੁੰਮਦੀ ਹੈ ਬਲੈਂਡਰ ਦੇ ਵਿੱਚ, ਉਹ ਆਪਣੇ ਆਪ ਪਿਊਰੇ ਕਰ ਦਿੰਦੀ ਹੈ ਚੰਗੀ ਤਰ੍ਹਾਂ। ਓਕੇ, ਦੈਟਸ ਵੈਰੀ ਗੁੱਡ। ਕਿਉਂਕਿ ਪਾਣੀ ਤਾਂ ਪਾਣਾ ਹੀ ਪਾਣਾ। ਹਾਂਜੀ, ਉਹ ਪਾਣੀ ਬਣ ਹੀ ਜਾਣਾ। ਹਾਂਜੀ, ਉਹਦੇ ਨਾਲ ਥੋੜ੍ਹਾ ਜਿਹਾ। ਹਾਂ, ਬਹੁਤ ਵਧੀਆ ਟਿਪ ਹੈ। ਰਾਈਟ, ਥਰਡ ਥਿੰਗ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਹਾਂਜੀ ਹਾਂਜੀ, ਇਸ ਗੱਲ ਦਾ ਬੁਰਾ ਨਾ ਮੰਨਣਾ। ਨਹੀਂ ਨਹੀਂ, ਬਿਲਕੁਲ ਵੀ ਨਹੀਂ। ਕਿ ਕਿਚਨ ਦੇ ਵਿੱਚ ਨਾਨ ਸਟਿਕਿੰਗ ਪੈਨ ਦੇ ਵਿੱਚ ਆਇਰਨ ਦੀ ਕਰਛੀ ਕਦੀ ਨਹੀਂ ਪਾਣੀ ਚਾਹੀਦੀ। ਹਾਂਜੀ, ਜਾਂ ਸਟੇਨਲੈਸ ਸਟੀਲ ਦੀ ਕਰਛੀ ਨਹੀਂ ਪਾਣੀ। ਕੱਲ ਨੂੰ ਉੱਥੇ ਅਗਰ ਉਹ ਦਰਾਰ ਪੈ ਜਾਂਦੀ ਹੈ, ਉਹ ਕਾਰਬੋ ਫਿਲਮੈਂਟ ਹੁੰਦਾ ਉਹ ਅੰਦਰ ਚਲਾ ਜਾਏਗਾ ਖਾਣੇ ਦੇ ਵਿੱਚ। ਹਾਂਜੀ, ਤੇ ਜਾਂ ਤੇ ਲੱਕੜੀ ਦਾ ਚਮਚ ਯੂਜ ਕਰੋ। ਹਾਂਜੀ, ਜਿਹਦੇ ਨਾਲ ਸਕਰੈਚ ਨਾ ਪਵੇ। ਜਾਂ ਜਿਹੜਾ ਤੁਸੀਂ ਰਬੜ ਦਾ ਯੂਜ ਕੀਤਾ, ਉਹ ਮੈਟਲ ਅਗੇਂਸਟ ਮੈਟਲ ਜਦੋਂ ਟੱਚ ਕਰਦੇ ਹੋ, ਉਹ ਇਟ ਇਜ਼ ਅਗੇਂਸਟ ਦ ਹੈਲਥ ਰੈਗੂਲੇਸ਼ਨਸ। ਉਹਦੇ ਬਾਅਦ ਯੂਜ ਆਫ ਕ੍ਰੈਨਬਰੀ, ਬਾਕੀ ਤੇ ਬੜਾ ਵਧੀਆ ਸੀ। ਬਟ ਮੈਨੂੰ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨਾ ਲੱਗੀਆਂ ਕਿ ਅਗਰ ਇਹਨੂੰ ਤੁਸੀਂ ਇੰਪਰੂਵ ਕਰੋਗੇ ਤੇ ਅੱਗੋਂ ਦੀ ਹੈਲਥ ਵੀ ਸਾਰਿਆਂ ਦੀ ਠੀਕ ਰਹੇਗੀ। ਆਈ ਵਿਲ ਕੀਪ ਦੈਟ ਐਗਜ਼ੈਕਟਲੀ। ਇਹ ਮੇਰੇ ਖਿਆਲ ਜਨਰਲੀ ਵੀ ਇਹ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਤੇ ਮੈਂ ਉਹੀ ਕਹਿੰਦਾ ਜਿਹੜੀਆਂ ਤੁਸੀਂ ਪਿਛਲੇ ਐਪੀਸੋਡ ਵਿੱਚ ਵੀ ਕੁਝ ਗੱਲਾਂ ਦੱਸੀਆਂ ਸੀ, ਇਹਨਾਂ ਨੂੰ ਤਾਂ ਕੰਮ ਆਉਣਗੀਆਂ, ਬਾਕੀ ਸਾਰੀਆਂ ਨੂੰ ਜਿਹੜੇ ਸਾਡੇ ਵਿਊਅਰਸ ਹੈਗੇ ਨੇ ਉਹ ਵੀ ਗੌਰ ਰੱਖਣਗੇ, ਤਾਂ ਮੇਰੇ ਖਿਆਲ ਆਪਣੀ ਕਿਚਨ ਵਿੱਚ ਕਿਨੋ ਇੱਕ ਹੈਲਥ ਨੂੰ ਲੈ ਕੇ ਵੀ ਕਾਫੀ ਧਿਆਨ ਵਿੱਚ ਰੱਖ ਸਕਦੇ ਸਾਰੀਆਂ ਚੀਜ਼ਾਂ। ਆਲਰਾਈਟ ਜੀ, ਤੇ ਜਿਸ਼ ਦੇ ਬਾਰੇ ਹੁਣ ਦੱਸ ਦਿੱਤਾ ਗਿਆ ਹੈਗਾ, ਪਰ ਇਹ ਹਲੇ ਸਟਿਲ ਹਲੇ ਤੱਕ ਨਹੀਂ ਪਤਾ ਕਿ ਇਹ ਫਿਨਾਲੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ, ਬਟ ਫਿਲਹਾਲ ਮੈਨੂੰ ਇੰਨਾ ਪਤਾ ਕਿ ਇਹਨਾਂ ਦੇ ਡਰਾਇੰਗ ਰੂਮ 'ਚ ਲਿਵਿੰਗ ਰੂਮ 'ਚ ਅਸੀਂ ਜਾ ਰਹੇ ਹਾਂ ਤੇ ਉੱਥੇ ਸਾਰੀ ਫੈਮਿਲੀ ਬੈਠੀ ਹੋਈ ਹੈ, ਉਹਨਾਂ ਨਾਲ ਥੋੜ੍ਹੀ ਬਹੁਤੀ ਹੋਰ ਗੱਲਾਂ ਬਾਤਾਂ ਕਰਾਂਗੇ, ਫਿਰ ਸਭ ਨੂੰ ਬਾਏ ਬਾਏ ਕਹਾਂਗੇ। ਸੋ ਲੈਟਸ ਗੋ ਇਨਟੂ ਦੇਅਰ ਲਿਵਿੰਗ ਰੂਮ। ਲਓ ਜੀ, ਜਿਹੜੇ ਕੰਮ ਲਈ ਆਪਾਂ ਮਿਸਿਸ ਸਾਗਾ ਦੇ ਅਨੀਤਾ ਕੌਰ ਜੀ ਕੋਲ ਆਏ ਸੀਗੇ, ਉਹ ਕੰਮ ਮੁਕੰਮਲ ਹੋ ਚੁੱਕਿਆ, ਯਾਨੀ ਕਿ ਇਹਦੀ ਕੁਕਿੰਗ ਆਪਾਂ ਵੇਖ ਚੁੱਕੇ ਹਾਂ, ਸ਼ੈਫ ਨੇ ਟੇਸਟ ਵੀ ਕਰ ਲਿਆ, ਆਪਣੇ ਵੱਲੋਂ ਜੋ ਟਿਪਸ ਸੀਗੇ ਜਾਂ ਕੁਝ ਕਮੀਆਂ ਸੀ ਉਹਨਾਂ ਬਾਰੇ ਦੱਸ ਚੁੱਕੇ ਨੇ, ਤੇ ਹੁਣ ਆਪਾਂ ਇਹਦੀ ਫੈਮਿਲੀ 'ਚ ਇੱਥੇ ਬੈਠੇ ਹਾਂ। ਨੀਤਾ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਾਂਗਾ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਵਧੀਆ ਸੀ। ਪਹਿਲੇ ਤਾਂ ਇਹਨਾਂ ਨੂੰ ਮਿਲਣਾ ਹੀ ਇੱਕ ਬਹੁਤ ਵੱਡੀ ਉਹ ਸੀ ਕਿ ਡ੍ਰੀਮ ਕਮ ਟਰੂ ਹੋ ਗਿਆ, ਤੇ ਦੈਟ ਵਾਸ ਮਾਈ ਡ੍ਰੀਮ। ਬਾਕੀ ਅੱਗੇ ਜਾਵਾਂ ਨਾ ਜਾਵਾਂ, ਦੈਟ ਡਸਨਟ ਮੈਟਰ, ਮੀਟਿੰਗ ਹਿਮ ਵਾਸ ਵਨ ਆਫ ਦ ਮੇਨ। ਅੱਛਾ, ਇੱਕ ਤੋਹਫਾ ਵਿਕਰਮ ਜੀ ਤੁਹਾਡੇ ਲਈ ਲੈ ਕੇ ਆਏ ਨੇ ਇੱਥੇ, ਤੋ ਆਪਣੇ ਹੱਥਾਂ ਨਾਲ ਸਾਈਨ ਕਰਕੇ ਤਾਂ ਕਿ ਤੁਹਾਡੇ ਕੋਲ ਯਾਦ ਰਹੇਗੀ ਹਮੇਸ਼ਾ। ਹਾਂਜੀ, ਥੈਂਕ ਯੂ ਸੋ ਮਚ, ਮਾਈ ਪਲੇਜ਼ਰ। ਇਹ ਕਿਤਾਬ ਲਿਖੀ ਗਈ ਹੈ, ਯੂ ਨੋ, ਮੀਰੂ ਨੇ ਬੜੀ ਮਿਹਨਤ ਨਾਲ ਕਿਤਾਬ ਲਿਖੀ ਹੈ, ਬਟ ਇਹ ਸਿਰਫ ਕਿਤਾਬ ਹੀ ਨਹੀਂ ਹੈਗੀ, ਬਟ ਮੇਰੀ ਜਿਹੜੀ
ਲੇਡੀਜ਼ ਕਿਚਨ 'ਚ ਕੰਮ ਕਰਦੀਆਂ ਨੇ, ਉਹਨਾਂ ਦੀ ਜਰਨੀ, ਉਹਨਾਂ ਦੇ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕੀਤੀ ਹੈ ਸਾਡੇ ਨਾਲ ਮਿਲ ਕੇ, ਕਿਉਂਕਿ ਆਫਟਰ ਆਲ ਰੈਸਟੋਰੈਂਟ ਚਲਾਉਣਾ ਕੋਈ ਇੱਕ ਬੰਦੇ ਦੇ ਹੱਥ 'ਤੇ ਹੁੰਦਾ ਨਹੀਂ, ਯੂ ਨੋ ਟੀਮ ਐਫਰਟ ਹੁੰਦੀ ਹੈ, ਡਿਸ਼ ਵਾਸ਼ਰ ਤੋਂ ਲੈ ਕੇ ਯੂ ਨੋ ਫਰੰਟ ਆਫ ਦਾ ਹਾਊਸ ਮੈਨੇਜਰਸ ਤੱਕ ਚਾਹੀਦੇ ਹੁੰਦੇ ਆ, ਜਿਸ ਤਰ੍ਹਾਂ ਤੁਸੀਂ ਇਹ ਪਰਿਵਾਰ ਚਲਾਉਂਦੇ ਪਏ ਹੋ, ਯੂ ਨੋ ਇਸੇ ਤਰ੍ਹਾਂ ਅਸੀਂ ਰੈਸਟੋਰੈਂਟ ਵੀ ਚਲਾਉਂਦੇ ਹਾਂ ਇਸ ਤਰ੍ਹਾਂ। ਹਾਂਜੀ ਹਾਂਜੀ, ਰਾਈਟ, ਸੋ ਮੈਂ ਤੁਹਾਨੂੰ ਜ਼ਰੂਰ ਲਿਖ ਕੇ ਦੇਣਾ। ਤੁਹਾਡੇ ਨਾਲ ਰਹੇਗੀ ਇਹ ਬੁੱਕ, ਤੁਹਾਨੂੰ ਚੇਤਾ ਰਹੇਗਾ ਕਿ ਤੁਹਾਡੇ ਘਰ ਦੀ ਕਿਚਨ ਵਿੱਚ ਆ ਕੇ, ਯੂ ਨੋ ਇਟਸ ਅ ਬਿਗ ਮੋਮੈਂਟ ਆਈ ਮਸਟ ਸੇ। ਇਸ ਕਿਤਾਬ ਨੂੰ ਪੜ੍ਹਨਾ ਵੀ ਜ਼ਰੂਰ, ਤੇ ਜਿਸ ਤਰ੍ਹਾਂ ਤੁਸੀਂ ਆਪਣੀ ਕੁਕਿੰਗ ਦੇ ਵਿੱਚ ਥੋੜ੍ਹੀ ਜਿਹੀ ਫਿਊਜ਼ਨ ਲਿਆਉਂਦੀ ਹੈ, ਇਸੇ ਤਰ੍ਹਾਂ ਅਸੀਂ ਵੀ ਖਾਣੇ ਦੇ ਵਿੱਚ ਇਸ ਕਿਤਾਬ ਦੇ ਵਿੱਚ ਫਿਊਜ਼ਨ ਲਿਆਉਂਦੀ ਹੈ, ਤੁਸੀਂ ਜ਼ਰੂਰ ਪੜ੍ਹ ਕੇ ਇੰਜੋਏ ਕਰਨਾ। ਥੈਂਕ ਯੂ ਸੋ ਮਚ, ਮਾਈ ਪਲੇਜ਼ਰ ਜੀ, ਇਟਸ ਥੈਂਕ ਯੂ, ਥੈਂਕ ਯੂ ਵੈਰੀ ਮਚ, ਮਾਈ ਪਲੇਜ਼ਰ, ਥੈਂਕ ਯੂ ਸੋ ਮਚ, ਥੈਂਕ ਯੂ। ਆਫਿਸ ਤੋਂ ਹੁਣੇ ਆਈ ਹੈ ਤੇ ਇਹ ਹੈ, ਤੇ ਉਹਦਾ ਵੱਡਾ ਬੇਟਾ ਆਰਵ, ਇਹ ਛੋਟਾ ਬੇਟਾ ਕਬੀਰ। ਨਹੀਂ ਬਟ ਬੜਾ ਵਧੀਆ ਲੱਗਿਆ ਤੁਹਾਡੇ ਸਾਰੀ ਫੈਮਿਲੀ ਨੂੰ ਮਿਲ ਕੇ। ਇਨਫੈਕਟ ਅਰਮਾਨ ਜਿੱਦਾਂ ਕਿ ਕੈਨੇਡਾ ਦੀ ਕ੍ਰਿਕਟ ਟੀਮ ਨੂੰ ਰਿਪ੍ਰੈਜ਼ੈਂਟ ਕਰਨ ਜਾ ਰਿਹਾ ਅੱਗੇ, ਸੋ ਬੈਸਟ ਵਿਸ਼ਿਸ ਟੂ ਯੂ ਬ੍ਰਦਰ, ਇਟਸ ਅ ਬਿਗ ਮੋਮੈਂਟ, ਪ੍ਰਾਊਡ ਮੋਮੈਂਟ ਫਾਰ ਯੂ ਐਂਡ ਆਲ ਦਾ ਕੈਨੇਡੀਅਨਸ, ਹੈ ਨਾ, ਐਂਡ ਐਂਡ ਹੋਪਫੁਲੀ ਯੂ ਨੋ ਵੀ ਵਿਲ ਸੀ ਯੂ ਇਨ IPL ਵਨ ਡੇ, ਯਾ ਇਫ ਨਾਟ ਇਨ IPL, ਯੂ ਨੋ ਜੋ ਵੀ ਕੰਮ ਕਰਦੇ ਹੋ, ਜੋ ਚਾਹੇ ਖੇਲਦੇ ਹੋ ਜਾਂ ਜੋ ਵੀ ਕਰਦੇ ਹੋ, ਉਹਦੇ ਤੇ 110% ਜਿਹੜਾ ਜ਼ੋਰ ਲਗਾਉਣਾ ਚਾਹੀਦਾ, 100% ਨਹੀਂ, 100% ਲਾਓਗੇ ਤੇ ਫਿਰ ਨਹੀਂ ਜਿੱਤੋਗੇ, ਤੁਸੀਂ ਸਾਰੇ ਲਾ ਰਹੇ 100, 110 ਲਾਓਗੇ ਤੇ 100% ਜਿੱਤੋਗੇ। ਹਾਂਜੀ, ਇਹ ਸਰ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਮੂੰਹ ਮਿੱਠਾ ਕਰਾਉਣਾ ਹੈ, ਇੱਥੇ ਦੀ ਬੜੀ ਫੇਮਸ ਮਿਠਾਈ ਦੀ ਦੁਕਾਨ ਹੈ ਗਿਲਸ, ਉੱਥੋਂ ਦੀ ਮਿਠਾਈ ਖਵਾਉਣੀ ਹੈ। ਲਵਲੀ, ਤੇ ਦੇਖੋ ਇਹਦੀ ਪ੍ਰੈਜੈਂਟੇਸ਼ਨ ਵੀ ਕਿੰਨੀ ਸੋਹਣੀ ਹੈ, ਓਏ ਹੋਏ ਹੋਏ, ਵਾਜੀ ਵਾ, ਇਹ ਮੇਰੇ ਖਿਆਲ ਗਿਲ ਸਵੀਟ ਫੈਕਟਰੀ, ਯੂ ਨੋ। ਹਾਂਜੀ ਹਾਂਜੀ, ਗਿਲ ਸਵੀਟ ਫੈਕਟਰੀ ਦੀ ਹੈਗੀ ਹੈ, ਔਰ ਗਿਲ ਸਵੀਟ ਫੈਕਟਰੀ ਬ੍ਰੈਂਪਟਨ ਤੇ ਸਮੋਸਾ ਸਵੀਟਸ ਐਂਡ ਮੋਰ, ਤੁਸੀਂ ਸਭ ਕੁਝ ਉੱਥੇ ਚੈੱਕ ਕਰੋ ਜੀ, ਟਰਾਈ ਕਰੋ ਜੀ, ਇਟਸ ਅਮੇਜ਼ਿੰਗ, ਕਿਉਂਕਿ ਜਿਹੜੇ ਘਰ ਜਾਈਦਾ ਅਸੀਂ ਤਾਂ ਸਾਨੂੰ ਆਬਵੀਅਸਲੀ ਉੱਥੇ ਐਸੇ ਮਿਠਾਈ ਦਾ ਡੱਬਾ ਮਿਲਦਾ, ਬਟ ਦਿਸ ਇਜ਼ ਲਾਈਕ ਟਰੂਲੀ ਅਮੇਜ਼ਿੰਗ ਲੱਗਦਾ, ਹੈ ਨਾ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਵਿਕਰਮ ਜੀ, ਮੈਨੂੰ ਲੱਗਦਾ ਹੁਣ ਟਾਈਮ ਹੋ ਗਿਆ ਇਸ ਫੈਮਿਲੀ ਨੂੰ ਬਾਏ ਬਾਏ ਕਹਿਣ ਦਾ, ਸੋ ਐਨੀ ਲਾਸਟ ਨੋਟਸ? ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਨਮਸਕਾਰ, ਥੈਂਕ ਯੂ ਸੋ ਮਚ ਫਾਰ ਕਮਿੰਗ, ਥੈਂਕ ਯੂ ਟੇਕਿੰਗ ਯੋਰ ਟਾਈਮ, ਥੈਂਕ ਯੂ। ਮੈਂ ਸਿਰਫ ਇਹੀ ਕਹਾਂਗਾ ਕਿ ਅਸੀਂ ਜਿੱਥੋਂ ਆਏ ਹਾਂ, ਜਿਹੜਾ ਸਾਡਾ ਪਿੱਛਾ, ਉਹਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ, ਅਸੀਂ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਸੋ ਹਮੇਸ਼ਾ ਜ਼ਿੰਦਗੀ 'ਚ ਇਹ ਸੋਚੋ ਕਿ ਯੂ ਆਰ ਦਾ ਬੈਸਟ ਅਨਅਪੋਇੰਟਡ ਅੰਬੈਸਡਰ ਆਫ ਇੰਡੀਆ ਐਂਡ ਯੂ ਆਰ ਦਾ ਬੈਸਟ ਅਨਅਪੋਇੰਟਡ ਅੰਬੈਸਡਰ ਆਫ ਕੈਨੇਡਾ। ਜਿੱਥੇ ਵੀ ਜਾਈਏ ਲੋਕ ਇਹ ਕਹਿਣ ਕਿ ਯਾਰ ਬੰਦਾ ਬੜਾ ਵਧੀਆ, ਮੈਂ ਕਹਾਂਗਾ, ਯੂ ਨੋ ਯੂ ਆਰ ਆਲਰੇਡੀ ਡੂਇੰਗ ਇਟ, ਸੋ ਥੈਂਕ ਯੂ ਵੈਰੀ ਮਚ। ਬੱਚੋਂ ਕੇ ਲੀਏ ਵੀ, ਔਰ ਖੂਬ ਖੂਬ ਇੰਜੋਏ ਕਰੋ, ਪੜ੍ਹੋ ਬੱਚੋ, ਵਰਕ ਹਾਰਡ। ਸੋ ਵਿਕਰਮ ਜੀ ਦੇ ਇਸੇ ਪੋਜ਼ਿਟਿਵ ਨੋਟ ਤੇ ਆਪਾਂ ਅੱਜ ਇਸ ਫੈਮਿਲੀ ਨੂੰ ਬਾਏ ਬਾਏ ਕਹਾਂਗੇ, ਨਹੀਂ ਤਾਂ ਕਪੂਰ ਜੀ ਦੀ ਸਾਰੀ ਫੈਮਿਲੀ ਨੂੰ, ਬਟ ਇਟਸ ਲਾਈਕ ਅ ਪਲੇਜ਼ਰ ਟੂ ਬੀ ਹੇਅਰ। ਤਾਂ ਇੱਕ ਹੋਰ ਬਹੁਤ ਪਿਆਰੀ ਜੀ ਕੈਨੇਡਾ ਦੀ ਸਾਡੀ ਪੰਜਾਬੀ ਫੈਮਿਲੀ, ਅਸੀਂ ਉਹਨਾਂ ਨੂੰ ਮਿਲੇ ਇੱਥੇ, ਤੇ ਇਹੀ ਵਾਅਦਾ ਕਰਕੇ ਤੁਹਾਡੇ ਨਾਲ ਜਾ ਰਹੇ ਹਾਂ ਕਿ ਅਗਲੇ ਐਪੀਸੋਡ ਵਿੱਚ ਹੋਰ ਇੱਦਾਂ ਦੀ ਹੋ ਪਿਆਰੀ ਜੀ ਫੈਮਿਲੀ ਨਾਲ ਹੋਰ ਤੁਹਾਡੀ ਮੁਲਾਕਾਤ ਕਰਾਵਾਂਗੇ, ਕੈਨੇਡਾ ਦੀਆਂ ਹੋਰ ਕੁਝ ਖੂਬਸੂਰਤ ਜਗ੍ਹਾਵਾਂ ਵੀ ਤੁਹਾਨੂੰ ਘੁਮਾਵਾਂਗੇ।
ਪਰ ਦੇਖਦੇ ਰਹੋ ਜੀ ਤੇ ਪਿਆਰ ਬਖਸ਼ਦੇ ਰਹੋ ਸਾਡੇ ਸ਼ੋਅ ਨੂੰ ਜਿਹਦਾ ਨਾਂ ਹੈ ਕੈਨੇਡਾ ਦੇ ਸੁਪਰ ਸ਼ੈਫ।